ਗੁਰਮਤੀ ਵਾਲੇ ਭਰਾ ਵੀ ਵੱਡੇ ਆ, ਸਾਰਿਆਂ ਦਾ ਧੰਨਵਾਦ ਹੈ। ਆਓ ਜੀ ਜਲਦੀ ਦੇ ਨਾਲ ਜਿਹੜੀ ਮੈਚ ਦੀ ਸ਼ੁਰੂਆਤ ਕਰੀਏ ਵੀ ਸ਼ੁਰੂ ਹੋਣ ਲੱਗਾ, ਜਿਹਨੂੰ ਸਾਹਮਣੇ ਵਾਲਾ ਭੇਡ ਕਹਿੰਦੇ, ਬਾਲਰ ਤੇ ਬੈਟਸਮੈਨ ਦਾ ਜੀਰੋ ਐਡ ਗੇਟ ਕਹਿੰਦੇ, ਪੈਣਗੀਆਂ ਬਾਲਾਂ ਤੇ ਵੇਖੂ ਸਾਰਾ ਜੱਗ ਵੇ, ਮਾਰ ਛੱਕੇ ਚੌਕੇ ਭੈੜੇ ਕੱਢਣਗੇ ਅੱਗ ਵੇ, ਤੇ ਕੌਣ ਕਹਿੰਦੇ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਵੇ। ਬੜੇ ਤਗੜੇ ਮਈ ਦੀ ਸ਼ੁਰੂਆਤ ਜਿਹੜੀ ਕਹਿੰਦੇ ਹੋ ਜਾ ਰਹੀ ਮੇਰੇ ਵੀਰੋ, ਜਿਹੜੀ ਆਓ ਬੱਲੇਬਾਜ਼ ਦੋਰ ਦਾ ਘੇਰਾ ਹੋਵੇਗਾ, ਚਾਰ ਖਿਡਾਰੀ ਜਿਹੜੇ ਘੇਰੇ ਤੋਂ ਬਾਹਰ ਲਾਏ ਜਾ ਸਕਦੇ, ਟੀਮਾਂ ਨੋਟ ਕਰ ਲੈਣ। ਅੜੀ ਬੋਲਣਾ ਨੀ ਭਾਈ ਬਣਾ, ਇੱਥੇ ਉਹ ਉੱਥੇ ਬੈਠੋ ਦੀ, ਉਹ ਚਿੱਟੀ ਗਲੀ ਦੇ ਪਰਲੇ ਪਾਸੇ ਕਿਹਾ ਡੰਡਾ ਲੈ ਕੇ ਬੋਲਣਾ ਨੀ ਜੇ ਇੱਥੇ ਬੈਠੋ, ਡੰਡਾ ਲੈ ਕੇ ਜਾਂਦਾ ਤੇ ਨਹੀਂ ਚਾ ਡੰਡਾ ਰਹਿੰਦੇ ਬਈ। ਚੰਗੋ ਜੇ ਇੱਥੇ ਬੈਠਣਾ ਬੋਲਣਾ ਨੀ ਗਾ, ਜੇ ਬੋਲਣਾ ਉਹ ਕਲੀ ਤੋਂ ਪਰਲੇ ਪਾ ਜਿੰਨਾ ਮਰਜ਼ੀ ਰੌਲਾ ਪਾ। ਆਓ ਜੀ ਮੇਰੀ ਬੇਨਤੀ ਹੈ, ਕਰੀਏ ਜੀ ਸ਼ੁਰੂਆਤ ਜਲਦੀ ਨਾਲ, ਬੱਲੇਬਾਜ਼ ਕਿੱਥੇ ਬਈ? ਆਓ ਜੀ ਤਲਵੰਡੀ ਦੇ ਬੱਲੇਬਾਜ਼ ਆ ਜਾਣਗੇ ਜਿਹੜੇ ਜਲਦੀ ਨਾਲ। ਗੁਰਲਾਲ ਭੱਟੀ ਬਾਬਾ ਤਲਵੰਡੀ ਵਾਲਾ ਜਿਹੜੀ ਕਿਹੜੇ ਟੀਮ ਆਈ ਹੋਈ ਹੈ, ਆਓ ਜੀ ਜਲਦੀ ਦੇ ਨਾਲ, ਮੇਰੀ ਬੇਨਤੀ ਆਪਣੇ ਬੱਲੇਬਾਜ਼ ਲੈ ਕੇ ਗਰਾਊਂਡ ਦੇ ਵਿੱਚ ਆ ਜਾਣਗੇ। ਬਿਜਲੀ ਬਠਿੰਡਾ ਸਾਰੇ ਪਲੇਅਰ ਹੀ ਆਏ ਆ ਜੀ, ਰੋਹਿਤ ਚੰਡੀਗੜ੍ਹੀਆ ਤੇ ਹੈਪੀ ਸਾਹਨੇ ਵਾਲੇ ਹੈਗੇ ਆ, ਬੁੱਕ ਨਾਲੇ ਚ ਕੋਮਲ ਕਿਵੇਂ ਉਧਰ ਬਾਹਰ ਪਤਾ ਕੌਣ ਸ਼ੁਰੂਆਤ ਮੇਰੀ ਬੇਨਤੀ ਹੈ ਬੜੇ ਤਗੜੇ ਮੈਚ ਦਾ, ਕਹਿੰਦੇ ਆਗਾਜ਼ ਹੋਣ ਜਾ ਰਹੇ ਹੈ, ਇੱਕ ਪਾਸੇ ਕਹਿੰਦੇ ਬੁੱਕਣ ਵਾਲਾ ਪਿੰਡ ਹੈ ਮੇਰੇ ਵੀਰੋ, ਕੋਮਲ ਵਰਗੇ ਮੁੰਡੇ ਬੜੀ ਭਾਰੀ ਟੀਮ ਬਣਾ ਕੇ ਪੁੱਜੇ ਹੈ, ਬੋਲੇ ਮੋਗੇ ਦਾ ਕਹਿੰਦੇ ਮੰਨਿਆ ਪਰਮੰਨਿਆ ਪਿੰਡ ਮੇਰੇ ਵੀਰੋ, ਔਰ ਬੁੱਕਣ ਵਾਲੇ ਦੀ ਟੀਮ ਜਿਹੜੀ ਕਹਿੰਦੇ ਗਰਾਊਂਡ ਦੇ ਵਿੱਚ ਤਿਆਰ ਕਰਦੇ ਆ ਰਹੇ ਬਾਲਾਂ ਪਾਉਣ ਦੇ ਲਈ, ਕੁਲਜੀਤ ਤਲਵੰਡੀ ਨੇ ਬੱਲੇਬਾਜ਼ੀ ਕਰਨੀ ਆ ਰਹੇ ਵੀਰੇ ਯਾਰ। ਬਾਹਰੋਂ ਪਤਾ ਕੌਣ ਕੁਲਜੀਤ ਫੀਲਡਿੰਗ ਲਾ ਕੇ ਬੁੱਕਣ ਵਾਲੇ ਪੁੱਜ ਕੇ ਤੁਸੀਂ ਗਵਾਂਢ ਪੁੱਜ ਚੁੱਕੇ ਆ ਯਾਰ, ਲੇਕਿਨ ਮੇਰੀ ਬੇਨਤੀ ਪ੍ਰਬੰਧਕ ਕਹਿੰਦੇ ਆ ਦੋ ਤਿੰਨ ਮਿੰਟ ਦਾ ਸਮਾਂ, ਉਸ ਤੋਂ ਬਾਅਦ ਜਿਹੜੀ ਪਲੈਂਟੀ ਲਾ ਦੇਣੀ ਹੈ, ਕਿਉਂਕਿ ਜੇ ਪਹਿਲਾਂ ਮੈਚ ਹੀ ਲੇਟ ਹੋ ਗਿਆ, ਜੇ ਸ਼ੁਰੂਆਤ ਹੀ ਲੇਟ ਹੋ ਗਈ ਸੁਣੇ ਹੋ ਤੇ ਮੁੜ ਕੇ ਫਿਰ ਐਂਡ ਤੇ ਫਿਰ ਉੱਥੇ ਹੋਣਾ, ਕਿਉਂਕਿ ਮੈਚ ਵੀ ਬਹੁਤ ਹੈ, ਸੋ ਜ਼ਰੂਰ ਸਾਥ ਦਈਏ ਵੀਰਾਂ ਦਾ, ਮੇਰੀ ਬੇਨਤੀ ਹੈ, ਮੇਰੀ ਗੁਜ਼ਾਰਿਸ਼ ਆ ਭਰਾਵਾਂ ਸੋਡਿਆਂ ਨੂੰ। ਔਰ ਨਾਲ ਹੀ ਮੇਰੀ ਬੇਨਤੀ ਹੈ ਟੀਮਾਂ ਨੂੰ, ਔਰ ਜਿੰਨੇ ਵੀ ਭਰਾਸ਼ਰ ਦੇ ਆਸੇ ਪਾਸੇ ਦਰਸ਼ਕ ਆਉਣਗੇ, ਖਿਡਾਰੀ ਜਿਹੜਾ ਪਾਇਆ ਗਿਆ ਤੇ ਵੀਰੇ ਨਾਲ ਹੀ ਪਲੈਂਟੀ ਜਿਹੜੀ ਲੱਗ ਜਾਵੇਗੀ, ਇਹ ਟੀਮਾਂ ਧਿਆਨ ਦੇਣ। ਪਹਿਲਾਂ ਵਾਰ ਕਿਹਨੇ ਪਾਉਣਾ, ਪਹਿਲਾਂ ਵਾਰ ਕਿਹਨੇ ਪਾਉਣਾ?
ਮਨੀ ਤੂੰ ਵੀ ਕਮਾ ਲਾ ਵਧੀਆ ਵਧੀਆ ਵੀਰੇ ਗੁਰਦਿਆਲ ਕੀ ਹਾਲ ਚਾਲ ਹੈ ਰਮਨ ਬੁੱਕਣ ਵਾਲੀ ਆ ਵਧੀਆ ਵਧੀਆ ਅਮਨਪ੍ਰੀਤ ਦੱਸੋ ਕੀ ਹਾਲ ਨੇ ਸ਼ੇਅਰ ਕਰ ਦਿਓ ਸਾਰੇ ਭਰਾ ਵੀਰੇ ਸਾਰੇ ਪਲੇਅਰ ਆ ਰਹੇ ਆ ਟੌਪ ਦੇ ਮੈਚ ਲੱਗਣੇ ਵੀਰੇ ਰੋਹਿਤ ਚੰਡੀਗੜ੍ਹ ਹੈਪੀ ਸਾਹਨੇ ਵਾਲੇ ਹੈਗਾ ਬੁੱਕਣ ਵਾਲੇ 'ਚ ਦੂਜੀ ਸਾਈਡ ਵਿਸ਼ਾਲ ਸੀਤੋ ਅਤੇ ਰੈਣਾ ਸੰਮੇ ਵਾਲੀ ਆ ਬਾ ਬੂਟ ਪਾਈ ਜਾਂਦੇ ਬਾਈ ਥੋੜ੍ਹੇ ਲੇਟ ਹੋ ਗਏ ਤਲਵੰਡੀ ਦੇ ਪਲੇਅਰ ਵਧੀਆ ਵਧੀਆ ਹਰਗੁਣ ਜੱਟਾ ਹਰਗੁਣ ਜਟਾਣਾ ਜੀ ਕੀ ਹਾਲ ਨੇ ਆਉਗੀ ਤਲਵੰਡੀ ਨੇ ਬੱਲੇਬਾਜ਼ ਮੇਰੀ ਬੇਨਤੀ ਹੈ ਤਲਵੰਡੀ ਭਾਈ ਦੇ ਬੱਲੇਬਾਜ਼ ਆ ਜਾਣਗੇ ਜਿਹੜੇ ਮੇਰੀ ਦੀ ਕਿਤੇ ਸ਼ੁਰੂਆਤ ਹੋਣੀ ਆ ਇੱਥੇ ਕਹਿੰਦੇ ਫਿੱਟ ਹੋ ਕੇ ਪੁੱਜੇ ਆ ਮੁੰਡੇ ਸਿੱਧੂ ਵਧੀਆ ਵਧੀਆ ਵੀਰੇ ਦੀਪਕ ਕੁਮਾਰ ਜੀ ਹੈਲੋ ਸੇਮੇ ਭਰਾ ਸਾਡੇ ਦਾ ਵੀ ਧੰਨਵਾਦ ਹੈ ਗਰਗ ਮੋਬਾਈਲ ਤਲਵੰਡੀ ਭਾਈ ਵਾਲਾ ਜਿਹਨਾਂ ਨੇ ਵੱਡੀ ਸੇਵਾ ਆਈ ਹੈ ਵੀਰ ਜੀ 5 ਮਿੰਟ ਦਾ ਸਮਾਂ ਉਸ ਤੋਂ ਬਾਅਦ ਪ੍ਰਬੰਧਕ ਫੈਸਲਾ ਕਰਨਗੇ ਵੀ ਕੀ ਪਲੈਂਟੀ ਲਾਉਣੀ ਹੈ ਜਾਂ ਕਿਵੇਂ ਕਰਨਾ ਹੈ 8:17 ਦਾ ਸਮਾਂ ਹੋ ਗਿਆ ਹੈ 8:22 ਦੇ ਉਸ ਤੋਂ ਬਾਅਦ ਪ੍ਰਬੰਧਕਾਂ ਦਾ ਫੈਸਲਾ ਹੋਵੇਗਾ
ਹਾਂਜੀ ਹਾਂਜੀ ਵਧੀਆ ਵਧੀਆ ਜੀ। ਕੀ ਹਾਲ ਆ ਬਾਈ? ਮੈਂ ਨਾਲ ਦੋਨੇ ਬੋਲਣ ਲੱਗੇ ਤੂੰ ਯਾਰ, ਮੇਰੀ ਬੇਨਤੀ ਹੈ ਜਲਦੀ ਨਾਲ ਗੁਜ਼ਾਰਿਸ਼ ਹੈ, ਕਿਉਂਕਿ ਬੁੱਕਣ ਵਾਲੇ ਦੇ ਮੁੰਡੇ ਵੀ ਯਾਰ ਬਹੁਤ ਦੂਰੋਂ ਚੱਲ ਕੇ ਪੁੱਜ ਗਏ ਹੈ। ਸਮਾਂ ਦੋਵਾਂ ਨੂੰ ਬਰਾਬਰ ਹੈ, ਰਾਤ ਦੋਵਾਂ ਨੂੰ ਇੱਕੋ ਜਿਹੀ ਨਹੀਂ ਹੈਗੀ, ਇੱਕ ਨੇੜੇ ਦੀ ਇੱਕ ਦੂਰ ਦੀ ਟੀਮ ਹੈ। ਬੁੱਕਣ ਵਾਲੀ ਮੁੰਡੇ ਵੀ ਸਮੇਂ ਸਿਰ ਆ ਗਏ, ਉਹਨਾਂ ਦੇ ਇਨਵਾਈਟਡ ਖਿਡਾਰੀ ਵੀ ਸਮੇਂ ਸਿਰ ਆ ਗਏ ਹੈ। ਸੋ ਮੇਰੀ ਬੇਨਤੀ ਹੈ, ਕੁਝ ਦੇਰੀ ਹੋ ਜਾਂਦੀ ਹੈ, ਮਜਬੂਰੀਆਂ ਬਣ ਜਾਂਦੀਆਂ, ਪਰ ਸਾਥ ਜ਼ਰੂਰ ਦਈਏ ਵੀਰਾਂ ਦਾ। ਹੁਣ 8:22 ਦੇ ਤਲਵੰਡੀ ਭਾਈ ਟੀਮ ਦੀਆਂ ਜਿਹੜੀਆਂ ਵਧੀਆ ਸਾਜਨ ਦੀਪੂ ਬਿੱਟੇ ਪ੍ਰਬੰਧਕਾਂ ਦਾ ਜੋਨੀ ਸਟਾਰ ਦੀ ਗੁਜ਼ਾਰਿਸ਼ ਹੈ ਤਲਵੰਡੀ ਦੇ ਬੱਲੇਬਾਜ਼ ਆਰਾਨ ਯਾਦ ਆ ਗਿਆ ਤੇ ਪੂਰਾ ਮਾਲ ਲੈ ਕੇ ਪਹਿਲਾ ਮੈਚ ਹੈ, ਇਹ ਵਧੀਆ ਤਰੀਕੇ ਨਾਲ ਕਰਵਾਈਏ ਤੇ ਫਿਰ ਸੋਹਣਾ ਲੱਗਦਾ ਹੈ। ਬਾਲ ਫੜੋ, ਉਹਨਾਂ ਨੂੰ ਘਰੇ ਸਨੀਆ ਲਾਉ, ਉਹਨਾਂ ਦੇ ਬਾਲ ਕੋਈ ਵਾਪਸ ਉੱਠੇ ਦਈਆ ਰੋਹਿਤ ਚੰਡੀਗੜ੍ਹ ਆ ਗਿਆ ਵੀਰੇ, ਬੂਟੇ ਵਧੀਆ। ਹਾਂਜੀ ਬਾਈ, ਹੈਲੋ ਹੈਲੋ ਕੋਈ ਨਾ, ਮੈਂ ਵੀ ਕਹਿ ਦਿੰਦਾ ਬਾਕੀ ਨੇ ਕੀ, ਕੋਈ ਨਾ ਬਿੱਟੂ ਨੂੰ ਮੈਂ ਕਹਿ ਦਿੰਦਾ ਮੈਂ ਫੋਨ ਲਾ ਦਿੰਦਾ। ਹੈਲੋ 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 ਹਾਂ, ਅਤੇ ਮਾੜੀ ਜਿਹਾ ਕਮੈਟਰੀ ਵਾਲੀ ਮੇਰੀ ਗੱਲ ਕਰਾਈ ਮਾੜੀ, ਬਿੱਟੂ ਬਿੱਟੂ ਹੈਗਾ ਇੱਥੇ ਕਮੈਟਰੀ? ਚੱਲ ਭੇਜ ਦੋਨੇ ਚੀਜ਼ਾਂ ਨੂੰ ਭੇਜ ਭੇਜ ਮਾੜੀ ਵੀ, ਤਲਵੰਡੀ ਟੀਮ ਲੇਟ ਹੈ ਵੀਰੇ, ਸਾਰੇ ਮੈਚਾਂ ਦੀ ਲਿਸਟ ਵੀਰੇ ਪਾਈ ਹੋਈ ਆਪਣੇ ਇੱਥੇ। ਹੈਲੋ ਵਧੀਆ ਵਧੀਆ ਬਾਈ, ਤੁਹਾਨੂੰ ਦੱਸ ਕਿਵੇਂ ਕਿਵੇਂ ਨਹੀਂ ਆਏ ਆ, ਚੱਲ ਪਿਆ ਮੈਚ ਚੱਲਣ ਲੱਗਿਆ, ਬਸ ਵਿਸ਼ਾਲ ਲੇਟ ਸੀ ਬਹੁਤ ਕਰਕੇ ਚੱਲਣ ਲੱਗਿਆ ਦੋ ਮਿੰਟ ਬੜੀ। ਸਾਰੇ ਵਧੀਆ ਮੈਚ ਪਾਏ ਆ, ਵੇਖੀ ਨਹੀਂ ਹੁਣ ਭਰਾ ਤੁਹਾਡਾ ਜ਼ਰੂਰ ਇੱਕ ਦੇ ਪਾਸੇ ਸੰਪਰਕ ਕਰੇਗਾ। ਗਿਆ ਰੈਣਾ, ਕਹਿੰਦੇ ਸੰਮੇ ਵਾਲੀ ਦੀ ਧਰਤੀ ਦਾ ਮੁੰਡਾ ਹੈ, ਇੱਕ ਪਾਸੇ ਕਹਿੰਦੇ ਰੈਣਾ ਆ ਗਿਆ ਮੁੰਡਾ ਸੰਮੇ ਵਾਲੀ ਦੀ ਧਰਤੀ ਦਾ ਹੈ, ਬੜਾ ਚੋਟੀ ਦਾ ਮਾਲਾ ਚੱਲਦੇ ਸਮੇਂ ਦਾ, ਬੜਾ ਸੁਪਰ ਤੇ ਡੂਪਰ ਖਿਡਾਰੀ ਹੈ, ਜਿਹੜਾ ਖਿਡਾਰੀ ਕਹਿੰਦੇ ਇਸ ਵੇਲੇ ਪਿੱਚ ਦੇ ਉੱਪਰ ਆ ਗਿਆ ਹੈ। ਔਰ ਦੂਜੇ ਪਾਸੇ ਨੂੰ ਲੱਗਦਾ ਵੀ ਗੁਰਲਾਲ ਸਿੰਘ ਭੱਟੀ ਸਾਰੇ ਪਲੇਅਰ ਹੀ ਆਉਣਗੇ, ਵੱਡੇ ਬਾਈ ਦੀ ਸ਼ੁਰੂਆਤ ਔਰ ਅਗਾਂਹ ਫਿਰਦਾ ਵੇਦਨ ਮੈਸੇਜ ਬੰਦੇ ਕਰੀ ਜਾਂਦੇ, ਇੱਕ ਵਾਰੀ ਜ਼ਰੂਰ ਸੰਪਰਕ ਕਰ ਲੈਣੀ ਮੇਰੀ ਬੇਨਤੀ ਹੈ। ਹਾਂ ਉਹ ਦਵਾਈ ਮੜੀ ਵਾਰ ਨਾਪਦੇ ਸਾਰਾ ਬੋਲਣ ਨੂੰ ਥੋੜੀ ਮੈਚ ਹੋ ਜਾਂਦਾ। ਹਾਂ ਹਾਂ ਦੀਪ ਲੈਫਟੀ ਵੀਰੇ ਆਊਗਾ ਵੀਰੇ, ਪਵਨ ਚਹਿਲ ਕੀ ਵਾਲਾ ਪੁੱਚਰ ਕਿਵੇਂ ਆ ਗੋਗੀ, ਸਾਰੇ ਪਲੇਅਰ ਹੀ ਆਉਣਗੇ ਬਾਈ ਯਾਰ ਇੱਥੇ, ਮੈਨੂੰ ਥੋੜ੍ਹੇ ਨਾ ਪਲੇਅਰ ਯਾਦ ਨਹੀਂ ਕਿਉਂ ਟੀਮਾਂ ਜਿਹਨਾਂ ਥੋੜ੍ਹੀਆਂ ਯਾਦ ਹੀ 24 ਟੀਮਾਂ ਕਰਕੇ ਅਤੇ ਹੈ ਨਾ ਬਾਈ, ਬਰਫੀ ਚੱਲੀ ਜਾਂਦੀ ਹੈ
ਜਿਹਨੇ ਛਕਣੀ ਆ ਤੁਹਾਡੇ ਘੰਟਾ ਦੋ ਘੰਟੇ ਆ ਵੇਖ ਲਓ ਬਾਈ, ਬਾਅਦ 'ਚ ਮੌਕਾ ਨਹੀਂ ਮਿਲਣਾ ਖਾਣ ਦਾ, ਪਹੁੰਚ ਸਕਦੇ ਆ, ਦੋ ਘੰਟੇ ਆ ਟਾਈਮ। ਯੂਟਿਊਬ 'ਤੇ ਵੀਰੇ ਕੋਸ ਗਗਨ ਖੋਸਾ 5 ਵਰ ਪੂਰੇ ਵੀਰੇ, ਇੱਕ ਵਾਰੀ ਸੰਪਰਕ ਕਰ ਲਈ ਵੀਰਾਂ ਦੇ ਨਾਲ, ਮੇਰੀ ਬੇਨਤੀ ਆ ਗਿਆ ਕਿ ਗੁਰਨਾਮ ਸਿੰਘ ਭੱਟੀ ਬਾਬਾ ਕਿਤੇ ਤਲਵੰਡੀ ਭਾਈਵਾਲਾ ਹੈ ਤੇ ਦੂਜੇ ਪਾਸੇ ਸੰਭੇ ਵਾਲੀ ਦੀ ਧਰਤੀ ਦਾ ਕਿਤੇ ਰੈਣਾ ਪੁੱਜਿਆ ਹੈ। ਪਹਿਲੇ ਮੈਚ ਕਿਤੇ ਕਾਸਕੋ ਦੇ ਧਰਨਾਟ ਪੁੱਜ ਗਏ ਨੇ ਵੀ ਸਾਹਮਣੇ, ਮੇਲਾ ਪੂਰਾ ਚੋਟੀ ਦਾ ਹੈ, ਮੇਲਾ ਪੂਰਾ ਸਿਰੇ ਦਾ ਖੇਡਿਆ ਜਾਣਾ ਧੰਨ ਬਾਬਾ ਖਰਾਜ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਆ। ਅੱਠਵਾਂ ਸ਼ਾਨਦਾਰ ਕਾਸਕੋ ਕ੍ਰਿਕਟ ਦਾ ਕਹਿੰਦੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਚੋਟੀ ਦੇ ਮੱਲਾਂ ਦੀ ਟੱਕਰ ਹੋ ਗਈ ਹੈ। ਪਹਿਲਾ ਪ੍ਰਾਈਜ਼ ਕਹਿੰਦੇ ਅੱਧਾ ਲੱਖ ਦਿੱਤਾ ਜਾਣਾ ਮੇਰੀ ਵੀਡੀਓ, 51,000 ਤੇ 33,000 ਦੇ ਫੈਸਲੇ ਹੋਣਗੇ। ਯੂਐਸਏ ਵਾਲੇ ਭਰਾਵਾਂ ਵੱਲੋਂ ਕਹਿੰਦੇ ਪਹਿਲਾ ਪ੍ਰਾਈਜ਼ ਸਪੌਂਸਰ ਹੋਇਆ ਹੈ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਵੱਲੋਂ ਜਿਹੜਾ ਕਿ ਵਧੀਆ ਵਧੀਆ ਮਨਮੀਤ ਬਰਾੜ ਵੀ ਨੇ, ਔਰ ਪਹਿਲੇ ਮੈਚ ਦੀ ਸ਼ੁਰੂਆਤ ਹੋ ਗਈ ਹੈ। ਨਹੀਂ ਨਹੀਂ ਦੀਪੂ ਉਦਾਂ ਹੀ ਚੱਲਦੀ ਬਈ, ਚਾਹ ਨਾਲ ਪਹੁੰਚੋ ਬਾਈ। ਮੈਂ ਆਪਣਾ ਡਰੈਸ ਭੇਜ ਦੋ ਜਗਸੀਰ ਸੰਧੂ ਜੀ, ਪੰਜ ਖਿਡਾਰੀ ਜਿਹੜੇ ਘੇਰੇ ਤੋਂ ਬਾਹਰ ਲਾਏ ਜਾ ਸਕਦੇ ਹੈ। ਔਰ ਦੂਜੇ ਪਾਸੇ ਗਵਾਂਢ ਪਿੰਡ ਦੇ ਮੁੰਡੇ ਤਲਵੰਡੀ ਭਾਈ ਦੀ ਕਹਿੰਦੇ ਟੀਮ ਆ ਗਈ ਹੈ, ਇੱਕ ਪਾਸੇ ਆ ਗਿਆ ਕਹਿੰਦੇ ਸੰਮੇ ਵਾਲੀ ਦੀ ਧਰਤੀ ਦਾ ਕਹਿੰਦੇ ਰਹਿਣਾ ਮੇਰੇ ਪੰਜਾਬੀ ਖਿਡਾਰੀ ਹੈ ਕੋਲੇ ਰੱਖ ਲਾ, ਕੋਲੇ ਕੋਲੇ ਰੱਖ ਲਾ, ਇੱਥੇ ਰੱਖ ਦੇ ਬਾਈ, ਰੱਖ ਲਾ ਫੇਰ ਵੀ ਵੇਖਣੀ ਆ, ਕੋਲੇ ਰੱਖ ਲਾ ਫਿਰ ਵੇਖਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪੂ ਲੈਫਟ ਹੀ ਆਊਗਾ ਵੀਰੇ, ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੁੱਖ ਜੀ ਨਹੀਂ ਭੁੱਲਿਆ ਨਹੀਂ, ਤੇਰਾ ਐਡਰੈਸ ਸਾਰਿਆਂ ਨੂੰ ਦੱਸਣਾ ਹੀ ਨਾ ਜਿੰਨੇ ਬੰਦੇ ਲਾਈਵ ਦੇਖ ਰਹੇ ਆ। ਸੂਰ ਪਿੰਡ ਦਾ ਕਹਿੰਦੇ ਜਗਸੀਰ ਸੰਧੂ ਕੌਣ ਆ, ਜਿਹੜਾ ਪਿੰਡ ਕਿਸੇ ਜਾ, ਮੇਰਾ ਪਾਰਸਲ ਮੰਗੀ ਜਾਂਦਾ, ਤੈਨੂੰ ਭੁੱਲ ਗਏ ਬਿੰਦਰਾ ਮਰਨਾ ਦਾ ਵੇਲੇ ਹੁੰਦੇ ਆ ਸੱਤਾਂ ਮਹਾਂਪੁਰਸ਼ਾਂ ਦੀ, ਇਹਨੂੰ ਭੁੱਲ ਗਏ ਦੱਸਣਾ ਜੀ ਦੇ ਮੇਰੇ ਵੀਰੋ ਅਸੀਂ ਕਿੱਥੇ ਜਾਣਾ। ਤਲਵੰਡੀ ਭਾਈ ਦਾ ਕਹਿੰਦੇ ਏਰੀਆ ਕਹਿ ਜਾਂਦਾ ਸੰਤਰ ਬਾਬਾ ਖਰਾਜ ਸਿੰਘ ਦੀ ਬਹੁਤ ਵੱਡੀ ਕਹਿੰਦੇ ਕਿਰਪਾ ਇਸ ਧਰਤੀ ਤੇ, 8ਵੇਂ ਬਰੇ ਦਾ ਖੇਡ ਮੇਲਾ ਸ਼ੇਅਰ ਕਰੀ ਚਲੋ ਸਾਰੇ ਭਰਾ ਮੇਰੇ ਵੀਰੋ ਸ਼ੁਰੂ ਹੋ ਚੁੱਕਿਆ ਗਾ, ਨਾਲੇ ਪੇਜ ਲਾਈਕ ਫੋਲੋਣ ਕੀਤਾ, ਪੇਜ ਨੂੰ ਲਾਈਕ ਫੋਲੋ ਕਰ ਕੇ ਜਿਹੜੇ ਮੈਚ ਮੇਰੇ ਵੀਰੋ ਚਾਲੂ ਕਰ ਦਿੱਤੇ ਗਏ ਆ। ਕੋਮਲ ਨਹੀਂ ਆਏ ਵੀਰੇ, ਸਾਰੇ ਨਗਰ ਦੀ ਬਦੌਲਤ ਸਾਰੇ ਸਾਡੇ ਅਨਾਰੀ ਭਰਾਵਾਂ ਦੀ ਸਪੋਰਟ ਦੇ ਨਾਲ ਜਿਹੜਾ ਕਹਿੰਦੇ 8ਵੇਂ ਸਾਲ ਦਾ ਖੇਡ ਮੇਲਾ ਮੇਰੇ ਵੀਰੋ ਸ਼ੁਰੂ ਹੋਣ ਲੱਗਿਆ। ਛੱਕਿਆਂ ਦਾ ਬਾਈ ਇੱਥੇ ਮੀਂਹ ਵਰਨਾ, ਆ ਬਾਈ ਆ ਫੀਲਡਰ ਆ ਹੈਪੀ
ਲਵੀ ਟੀਮਾਂ ਦੇ ਖਿਡਾਰੀਆਂ ਦੇ ਧਿਆਨ ਦੇਣਗੇ ਉਧਰਲੇ ਪਾਸੇ, ਪੰਜ ਓਵਰ ਦਾ ਮੈਚ ਹੈ ਤੇ ਘੇਰੇ ਦੇ ਦੋ ਓਵਰ ਹੋਣਗੇ। ਜਿਹੜੇ ਦੋ ਓਵਰ ਜਿਹੜੇ ਪਹਿਲੇ ਉਧਰਲੇ ਪਾਸੇ, ਇੱਕ ਖਿਡਾਰੀ ਪਿੰਡ ਵਾਲਾ ਓਵਰ ਕਰ ਸਕਦਾ, ਇੱਕ ਖਿਡਾਰੀ ਬਾਹਰ ਓਵਰ ਕਰ ਸਕਦਾ। ਬਹੁਤ ਹੀ ਸਤਿਕਾਰ ਦੇ ਯੋਗ ਸੋਹਣਾ ਸਰਦਾਰ ਜਿਹੜੇ ਸਾਰੇ ਪਲੇਅਰ ਹੀ ਆਏ ਵਿੱਚ ਪੂਰੇ ਸ਼ੇਰ ਕਰੋ ਜਿਹਨੇ ਪਹਿਲੀ ਵਾਰ ਪਾਈ ਹੈ ਤੇ ਜਿਹਨੇ ਪਹਿਲੀ ਵਾਰ ਖੇਡੀ ਹੈ ਸਾਹਮਣੇ ਦੇ ਲਈ ਕਿੰਨੇ ਸੌਰੇ ਵੱਡੇ ਮਾਨ ਆਏ ਹੈ ਯਾਰ, ਇੱਕ ਤਾੜੀ ਮਾਰ ਦੋ ਪ੍ਰਬੰਧਕੀ ਕਮੇਟੀ ਨੇ ਪਹਿਲੀ ਬਾਲ ਤੇ ਮੇਰੇ 500 ਰੁਪਇਆ ਲੱਗਿਆ। ਬਹੁਤ ਵੱਡੀ ਕਹਿੰਦੇ ਕਿਰਪਾ ਸੱਚੇ ਪਾਤਸ਼ਾਹ ਦੀ ਮੇਰੇ ਵੀਰੋ, ਸਾਡੇ ਬਹੁਤ ਹੀ ਸਰਕਾਰ ਦੇ ਜਿਹੜੇ ਚਿਹਰੇ ਪੁੱਜੇ ਹੋਏ ਆ ਉਹਨਾਂ ਨੂੰ ਕੰਮ ਸੀ ਪਈ ਕਿ ਕਹਿੰਦੇ ਰਸਮ ਕੀਤੀ ਗਈ ਔਰ ਨਾਲ ਹੀ ਸਾਨੂੰ ਸਾਥ ਵੀ ਦਿੱਤਾ ਹੈ। ਤਹਿ ਦਿਲੋਂ ਆਪਾਂ ਧੰਨਵਾਦ ਕਰਾਂਗੇ ਜਿੰਨੇ ਵੀ ਕਹਿੰਦੇ ਸਰਕਾਰ ਜੋ ਸਾਡੇ ਚਿਹਰੇ ਦੇ, ਮੈਂ ਇਕੱਲੀ ਇਕੱਲੀ ਰੂਹ ਦਾ ਧੰਨਵਾਦ ਕਰਾਂਗਾ। ਉਧਰ ਅਮਰੀਕਾ ਵਾਲੇ ਵੀਰ ਵੀ ਬਾਲਰ ਨੂੰ 100 ਵੀਰੇ, ਬੈਟਸਮੈਨ ਨੂੰ 100 ਵੀਰੇ, ਪਹਿਲਾ ਪਰ ਜਿਹੜਾ ਸਪਾਂਸਰ ਕੀਤਾ ਗਿਆ ਪਹਿਲੀ ਬਹੁਤ ਛੱਕੇ ਦਾ ਹੀ 500 ਬਾਲ ਵਾਲੇ ਪਾਸੇ ਲੋਆ 500 ਰੁਪਿਆ ਤੇ 100 ਰੁਪਿਆ ਵੀਰੇ, ਪੈਸੇ ਪਹੁੰਚ ਗਿਆ ਵੀਰੇ ਜਿਹੜੇ ਪੈਸੇ ਲਾਏ ਸੀਗੇ, ਚੱਲਦੇ ਮੈਚ ਹੀ ਪਹੁੰਚ ਗਏ ਵੀਰੇ। ਕਮੇਟੀ ਚ ਹਰਮਨ ਧੂਰੀ ਤੇ ਗੱਗੂ ਗਿੱਲ ਵੀਰੇ ਕੈਨੇਡਾ ਦੇ ਵਿੱਚ ਤੇ ਜੇਡੀ ਵਰਗੇ ਗੋਰੇ ਵਰਗੇ ਭਰਾ ਸਾਡੇ ਉਹ ਵੀ ਪੁੱਜੇ ਹੋਇਆ ਜੀ। ਰਹਿਣਾ ਰਹਿਣਾ ਹੋ ਗਈ ਚੱਲ ਪਿਆ ਕੰਮ ਵੀਰੇ, ਇਹਦਾ ਸੱਭਿਆ ਵਾਲੀ ਪਿੰਡਾਂ ਭਾਲਸਰ ਪਾਕਾ ਲੱਖੇ ਵਾਲੀ ਲਾਗੇ ਲਾਗੇ ਬੜੇ ਮਕਬੂਲ ਪਿੰਡ ਨੇ ਮੇਰੇ ਵੀਰੋ। ਇਹ ਮੁੰਡੇ ਨੇ ਕਹਿੰਦੇ ਪਹਿਲੇ ਮੈਚ ਦੇ ਵਿੱਚ ਲੰਬੀਆਂ ਵਾਕਾਂ ਤੈਅ ਕਰਕੇ ਜਿਹੜੀ ਆਹ ਤਗੜੀ ਕਹਿੰਦੇ ਸ਼ੁਰੂਆਤ ਕਰ ਦਿੱਤੀ ਹੈ। ਆਹ ਵੀ ਕਹਿੰਦੇ ਬੁੱਕਣ ਵਾਲਾ ਪਿੰਡ ਆ ਤੇ ਨਾ ਕਹਿੰਦੇ ਕੋਬਲਾ, ਉਹਦਾ ਤਗੜਾ ਵੀਰਾ ਗੱਲ ਸਾਰੀ ਤੇਰੇ ਤੇ ਖੜੀ ਆ ਲਵੀ ਕੋਬਲਾ, ਜੇ ਇਹਨੂੰ ਕਾਊਟ ਕਰਤਾ ਨਾ ਰੁਪਈਆ 500 ਦਿੱਤਾ ਜਾਣਾ। ਸਾਡਾ ਭਰਾ ਕਹਿੰਦੇ ਜੇਡੀ ਕੈਨੇਡਾ ਨਾਲ ਸਿੱਧੂ ਕੈਨੇਡਾ ਬੁੱਕਣ ਵਾਲੀ ਕਹਿੰਦੇ ਰੁਪਈਆ 500 ਨੂੰ ਵੀ ਆਪਾਂ ਦੇਣਾ ਭਰਾ ਵਾਸਤੇ ਪਰਵੰਡੀ ਵਾਲੇ ਕਾਕਰ ਸਾਰੇ ਪਲੇਅਰ ਹੀ ਆ ਰਹੇ ਵੀਰੇ। ਓਏ ਹੋਏ ਹੋਏ ਫੇਰ ਨੋ ਵੀਰੇ, 250 ਬੰਦਾ ਵੀਰੇ ਪਲੱਸ ਹੋ ਗਿਆ ਲਾਈਵ ਤੇ, ਸ਼ੇਅਰ ਕਰੋ ਪਹਿਲੇ ਮੈਚ 'ਚ 1000 ਕਰ ਦਿਓ ਭਰਾ ਬਣ ਕੇ। ਵੱਡਾ ਕੰਮ ਆ ਰਿਹਾ ਹਾਂਜੀ ਹਾਂਜੀ ਜਿੰਮੀ ਵੀਰੇ ਧੰਨਵਾਦ ਧੰਨਵਾਦ। ਤੂੰ ਆਖੇ ਭਰ ਫਿਰ ਚੱਲ ਕੋਈ ਨਾ ਖੜਜ ਕਰ ਲੈਂਦੇ ਕੋਈ ਨਾ ਕੋਈ ਨਾ। ਤਿੰਨ ਬੋਲਾਂ ਹੋ ਗਈਆਂ ਬਈ, ਵਧੀਆ ਵਧੀਆ ਰਾਜਨ ਸਾਈਦ ਦੇ ਕੇ ਗੋੜੇ ਸਾਹਮਣੇ ਆ ਪੁੱਤ ਮੇਰਾ ਡੋਟ ਲਾ ਦੇ 15 ਹੀ ਆਏ ਆ ਆਏ ਨਾ ਕਰ ਦੋ ਹੁੰਦੇ ਹਨ ਉਹ ਕੋਈ ਨਾ, ਬੈਟਸਮੈਨ ਦੀ ਮਰਜ਼ੀ ਆ ਨਾ, ਕੋਈ ਚੱਕਰ ਨਹੀਂ। ਬਾਬਾ ਕਹੂਗਾ ਬਾਬੇ ਤੁਸੀਂ ਦੱਸੋ ਕਿਰਾ ਜੋਰ ਕਾਹਤੋਂ ਲਾਈ ਜਾਣਾ ਟੱਪਾ ਪਾਦੇ ਛੱਕਾ ਹੀ ਵੱਜੂ ਹੋਰ ਕੀ ਹੋਜੂ। ਹੈਲੀ
ਲੇਕਿਨ ਮੇਰੀ ਬੇਨਤੀ ਹੈ ਜਿਨ੍ਹਾਂ ਵੀਰਾਂ ਦੇ ਮੋਟਰਸਾਈਕਲ ਰਸਤੇ ਦੇ ਵਿੱਚ ਜ਼ਰੂਰ ਪਾਸੇ ਕਰ ਲੈਣਗੇ ਭਰਾ ਸਾਡੇ ਸਕੂਲ ਦੇ ਗੇਟ ਦੇ ਅੱਗੇ ਜਿਨ੍ਹਾਂ ਵੀਰਾਂ ਨੇ ਆਪਣੇ ਵਹੀਕਲ ਜਿਹੜੇ ਪਾਰਕ ਕੀਤੇ ਆ ਮੇਰੀ ਬੇਨਤੀ ਜ਼ਰੂਰ ਸਾਈਡ ਤੇ ਕਰ ਲੈਣ ਕਿਉਂਕਿ ਸੋ ਮੇਰੀ ਬੇਨਤੀ ਹੈ ਜਿਨ੍ਹਾਂ ਵੀਰਾਂ ਦੇ ਵਹੀਕਲ ਸਕੂਲ ਦੇ ਗੇਟ ਦੇ ਅੱਗੇ ਲੱਗੇ ਜ਼ਰੂਰ ਕਰ ਲੈਣਗੇ ਕੱਲ ਨੂੰ ਮੈਚ ਆ ਵੀਰੇ ਗੱਭਰੂ ਗੱਲ ਦਾ ਹੋਰ ਦੀਆਂ ਜਿਹੜੀਆਂ ਕਿਤੇ ਬਾਲਾਂ ਪੈ ਜਾ ਰਹੀਆਂ ਸਾਡੇ ਜਿੰਨੇ ਵੀ ਸਰਕਾਰ ਵਿਚਾਰੇ ਪੁੱਜੇ ਹੋਏ ਆ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਕਰਾਂਗੇ ਜਿਵੇਂ ਆਖਦੇ ਹੈ ਔਰ ਸਾਡੇ ਟੀਚਰ ਸਾਹਿਬਾਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਵਾਲੀਆਂ ਕਹਿੰਦੇ ਬਹੁਤ ਵੱਡੀ ਸੇਵਾ ਇਹਦੇ ਵੱਡੇ ਵੱਲੇ ਪ੍ਰਬੋਧੀ ਹੈ ਜਿਨ੍ਹਾਂ ਦੇ ਬਹੁਤ ਵੱਡੇ ਸਹਿਯੋਗ ਹੈ ਬਹੁਤ ਵੱਡਾ ਧੰਨਵਾਦ ਕਰਾਂਗੇ ਬਹੁਤ ਬਹੁਤ ਧੰਨਵਾਦ ਕਰਾਂਗੇ ਜ਼ੋਰ ਨਾਲ ਉਧਲੇ ਪਾਸੇ ਗੌਰ ਪ੍ਰੇਮ ਕਹਿੰਦੇ ਬੰਬੂ ਸਰਪੰਚ ਸਾਹਿਬ ਜੀ ਇਕਬਾਲ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਵੱਲੋਂ ਬਹੁਤ ਵੱਡਾ ਪਿਆਰ ਸਤਿਕਾਰ ਲੈਣੇ ਦੇ ਲਈ ਆਇਆ ਹੈ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਆਹ ਸਾਹਮਣੇ ਛੋਟਾ ਮੁੰਡੇ ਦਾ ਜਿਹੜਾ ਬਾਲਾਂ ਕਰਦਾ ਹੈ ਤੇ ਬੈਟਿੰਗ ਦੇ ਟੀਮ ਗੁਆਂਢ ਵਸਿਆ ਦਾ ਧਰਤੀ ਦੇ ਬਣੀਆਂ ਨੇ 24 ਟੀਮਾਂ ਹੋਣਗੀਆਂ ਤੇ ਟੀਮਾਂ ਦੇ ਖਿਡਾਰੀ ਵੀ ਕਹਿੰਦੇ ਸਿਰੇ ਦੇ ਹੋਣਗੇ ਮੇਰੀ ਵੀਰੋ ਆਹ ਸਰਦਾਰ ਖਿਡਾਰੀ ਹੈ ਕੋਮਲ ਨਾਮ ਇਸ ਨਾਲੀਅਰ ਖਿਡਾਰੀ ਦਾ ਬੁੱਕਰਾਲਾ ਪਿੰਡ ਹੈ ਆਹ ਰੈਣਾ ਜੀ ਨੇ ਕਹਿੰਦੇ ਹੁਣ ਟਰਾਈ ਕੀਤੀ ਹੈ ਮੇਰੇ ਵੀਰੋ ਇਹਦਾ ਸੰਮੇ ਵਾਲੀ ਕਹਿੰਦੇ ਪਿੰਡ ਆ ਚੋਬੜ ਦਾ ਜਿਹੜੇ ਜ਼ੋਰ ਆਪਣੀ ਟੀਮ ਲਈ ਕਹਿੰਦੇ ਚਾਰ ਜੋੜ ਦਿੱਤੇ ਹੈ ਸਾਰੇ ਸਾਡੇ ਪ੍ਰਬੰਧਕ ਭਰਾ ਦੇ ਔਰ ਜਿਉਂਦੇ ਵਸਦੇ ਰਹਿਣ ਜਿਹੜੇ ਵੱਡੀ ਮਿਹਨਤ ਕਰਕੇ ਮੇਰੇ ਵੀਰੋ ਦੁਨੀਆਂ ਨੂੰ ਖੇਡਾਂ ਦਾ ਜੋੜਿਆ ਹੈ ਇਹਨਾਂ ਵੀਰਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ ਗੱਲਾਂ ਕਹਿੰਦੇ ਲੱਗਣਗੀਆਂ ਟਿਕਾਣੇ ਪਹਿਲਾ ਓਵਰ ਜਿਹੜਾ ਸਮਾਪਤ ਆ ਸੁਖਚੈਨ ਕਹਿੰਦੇ ਸਕੋਰ ਨੇ ਜਿਹੜੇ ਪਹਿਲੇ ਓਵਰ ਤੋਂ ਬਾਅਦ ਜਿਹੜੇ ਕਹਿੰਦੇ 23 ਸਕੋਰ ਨੇ 23 ਮੇਰੇ ਵੀਰੋ ਕੋਈ ਗੱਲ ਨਹੀਂ ਪਹਿਲੇ ਓਵਰ ਤੋਂ ਬਾਅਦ ਜਿਹੜੇ ਕਹਿੰਦੇ 23 ਸਕੋਰ ਬਣ ਗਏ ਹੈ ਪਹਿਲੇ ਓਵਰ ਦਾ ਕਹਿੰਦੇ ਸਮਾਪਤੀ ਹੋਈ ਹੈ ਤੇ 23 ਸਕੋਰ ਜਿਹੜੇ ਬਣ ਗਏ ਹੈ ਇੱਕ ਪਾਸੇ ਮੁੰਡਾ ਚੰਡੀਗੜ੍ਹੀਆ ਸਿਕਸਰ ਕਿੰਗ ਆਇਆ ਜਿਹਨੇ ਕਹਿੰਦੇ 5 ਫੁੱਟ ਟਰੈਕਟਰ ਦਿੱਤੇ ਹੋਏ ਹੈ ਔਰ ਕਈ ਮੇਲਿਆਂ ਨੇ ਕਹਿੰਦੇ ਜੇਤੂ ਖਿਡਾਰੀ ਮੇਰੇ ਬੜੀ ਵਾਟਾ ਤੈਅ ਕਰਕੇ ਪੁੱਜੇ ਹੈ ਵੀ ਪਿੰਡ ਦੂਰ ਪਸ਼ੌਰਾ ਦੇ ਛੋਟੇ ਜਿਹਾ ਗਰਾਊਂਡ ਦੇ ਖੜੀ ਦਾ ਕੁਛ ਨਹੀਂ ਰੱਬ ਕੁਛ ਨਹੀਂ ਲਾਹੌਰਾ ਦੇ ਔਰ ਇੱਕ ਪਾਸੇ ਸਾਹਨੇ ਵਾਲੀਆ ਮੁੰਡਾ ਹੈ ਲੁਧਿਆਣਾ ਅਗਲਾ ਮੈਚ ਸਿੱਧੂ ਵਾੜਦਾ ਵੀਰੇ ਔਰ ਸਾਹਮਣੇ ਹੈ ਕਰਨ ਕੁਮਾਰ ਜੀ ਔਰ ਗੱਲਾਂ ਲੱਗਣੀਆਂ ਟਿਕਾਣੇ ਲਈ ਵੀ ਰੋਹਿਤ ਪਹਿਲੇ ਓਵਰ ਦੇ ਵਿੱਚ ਪਲੇਅਰ ਤੇ ਸਿੱਧੂ ਵਾੜ ਵੀਰੇ ਦੂਜੇ ਓਵਰ ਦੀ ਸ਼ੁਰੂਆਤ ਵਿਸ਼ਾਲ ਸਿੰਘ ਤੋਂ ਵੀ ਆ ਗਿਆ ਅੱਜ ਦੇ ਸਮੇਂ ਦਾ ਕਿਹੜਾ ਵਾਟਾ ਗਿਆਰ ਗਰੀ ਪੰਜਾਬੀ ਵੀਰੇ ਐਂਡੀ ਹੋਣਾ ਵੀਰੇ ਰੋਹਿਤ ਆ ਚੱਕੀ ਮਾਨ ਵੀ ਆ ਗਿਆ ਨਾਰ ਮੰਨਾ ਕਬੂਲ ਸ਼ਾਹ ਵੀਰੇ ਫਾਰਮਲ ਪੈਂਟ ਪਾ ਕੇ ਆ ਗਿਆ ਵੀਰੇ ਇਹਦੀਆਂ ਰੀਲਾਂ ਪੂਰੀਆਂ ਚੱਲਦੀਆਂ ਕਰਤੀਆਂ ਫਤਿਹ ਸਾਂਝੀਆਂ ਵੀਰੇ ਮੰਨਾ ਕਬੂਲ ਸ਼ਾਹ ਵੀ ਆ ਗਿਆ ਫਾਰਮਲ ਪੈਂਟ ਪਾ ਕੇ ਆ ਗਿਆ ਜਿਵੇਂ ਵਿਸ਼ਾਲ ਦੀ ਜਾਨ ਚੜੀ ਹੁੰਦੀ ਹੈ ਕਰ ਦਿਓ ਸ਼ੇਅਰ ਜਿੰਨੇ ਭਰਾ ਵੀਰੇ ਲਾਈਵ ਜੁੜੇ ਆ ਆਪਣੇ ਭਰਾ ਗੱਗੂ ਦਾ ਪੇਜ ਸਿੱਧੂ ਚ ਵੀਰੇ ਵੇਖੋ ਕੌਣ ਬਾਹਰੋਂ ਆ ਵੀਰੇ ਵੀਰੇ ਸਾਰੀ ਲਿਸਟ ਪਾਈ ਹੋਈ ਹੈ ਮੈਚਾਂ ਦੀ ਕੌਣ ਬਾਹਰੋਂ ਆ ਕੌਣ ਕਿਹਦੇ ਚ ਕੀ ਆ ਇਹਨਾਂ ਦੇ ਵੱਲੋਂ ਕਹਿੰਦੇ ਲੰਗਰ ਦੀ ਸੇਵਾ ਸਬੰਧੇ ਖੇਡ ਮੇਲੇ ਤੇ ਆਏ ਮੈਂ ਲੋਕ ਧੰਨਵਾਦ ਕਰਾਂਗੇ ਆਪਾਂ ਜਿਹੜਾ ਮੁੰਡਾ ਪਾਲਾ ਪਾ ਰਹੇ ਨੇ 5 ਕਹਿੰਦੇ ਟਰੈਕਟਰ ਦਿੱਤੇ ਆ ਮੇਰੇ ਵੀਰੋ ਇਹ ਚੰਡੀਗੜ੍ਹ ਤੋਂ ਕਹਿੰਦੇ ਸੱਦਿਆ ਦੇ ਟੀਮ ਬੁੱਕਣਾ ਹੀ ਨੇ ਤੇ ਦੂਜੇ ਪਾਸੇ ਕਹਿੰਦੇ ਟੀਮ ਜਿਹੜੀ ਕੀਤਾ ਗਿਆ ਹਾਂ ਇਹ ਦੋਨੇ ਓਵਰ ਦੋਨੇ ਪਿੰਡਾ ਬਾਬਾ ਨਾਮ ਇਸ ਨੌਜਵਾਨ ਦਾ ਤੇ ਦੂਜੇ ਪਾਸੇ ਟਰਾਈ ਕੀਤੀ ਆ ਮੁੰਡੇ ਨੇ ਵੇਖ ਸਮੇਂ ਸਿੰਘੀ ਕਮਾਲ ਹੀ ਕਰ ਦਿੱਤੀ ਵਧੀਆ ਵਧੀਆ ਗੀਤੇ ਗੱਲ ਵੀਰੇ ਬੁਰੀ ਸ਼ਕਤੀ ਮਾਨ ਵੀ ਆ ਗਿਆ ਵੀਰੇ ਹਾਂਜੀ ਹਾਂਜੀ ਕੋਟਕਪੂਰੇ ਨੂੰ ਇੱਕ ਬਾਹਰੋਂ ਆ ਵੀਰੇ ਟੈਣੇ ਦਾ ਮੈਚ ਵੀਰੇ ਲੇਟ ਵੀਰੇ ਸਾਰੇ ਮੈਚ ਹੀ ਪਾਏ ਹੋਏ ਆ ਵੀਰੇ ਆਪਣੇ ਪੇਜ ਤੇ ਤੁਸੀਂ ਦੇਖ ਸਕਦੇ ਹੋ ਵਧੀਆ ਬਲਾਲਾ ਸਾਡੀ ਖੇਡਦਾ ਹੈ ਬਹੁਤ ਵੱਡਾ ਧੰਨਵਾਦ ਕਰਾਂਗੇ
ਵਧੀਆ ਵਧੀਆ ਗੁਰਮੀਤ ਸੰਧੂ ਗੁਰਮੀਤ ਸੰਧੂ ਸੰਦੀਪ ਸਿੰਘ ਜਨੇਰੀਆਂ ਮਹਾਂਪੁਰਸ਼ਾਂ ਦੇ ਵੱਲੋਂ ਵੀ ਬਹੁਤ ਵੱਡੇ ਕਹਿੰਦੇ ਜਿਹੜੇ ਮੇਰੇ ਵੀਰੋ ਆਸ਼ੀਰਵਾਦ ਨੇ ਸੰਤ ਬਾਬਾ ਨੰਦ ਸਿੰਘ ਜੀ ਜਿਹਨਾਂ ਵੱਲੋਂ ਕਹਿੰਦੇ ਮੇਰੇ ਵੀਰੋ ਸੈਕੰਡ ਪ੍ਰਾਇਜ ਤੇ ਨਾਲ ਹੀ ਮੱਤ ਬਾਬਾ ਰੇਸ਼ਮ ਸਿੰਘ ਜੀ ਇਹਨਾਂ ਵੱਲੋਂ ਕਹਿੰਦੇ 31,000 ਰਾਹੁਲ ਲਾਡੀ ਵੀ ਨਾਲ ਹੀ ਆਪਾਂ ਧੰਨਵਾਦ ਕਰਾਂਗੇ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸਵਰਗਤ ਸਿੰਘ ਵੀਰ ਸਿੰਘ ਜੀ ਸਿੱਖ ਉਹਨਾਂ ਦੇ ਪਰਿਵਾਰ ਵੱਲੋਂ ਕਹਿੰਦੇ 21,000 ਦਾ ਯੋਗਦਾਨ ਹੈ ਹੋਰ ਜੱਟ ਸਿੱਖੋ ਕੈਨੇਡਾ ਜਿਹਨਾਂ ਵੱਲੋਂ ਕਹਿੰਦੇ 21,000 ਤੇ ਗੁਰਪ੍ਰੀਤ ਸਿੰਘ ਜੀ ਸਿੱਖੋ ਸਰਪੰਚ ਸਾਹਿਬ 11,000 ਹਰਨੇਕ ਸਿੰਘ ਜੀ ਸਿੱਖੋ ਕੈਨੇਡਾ 11,000 ਸਿੱਖੋ 11,000 ਅੰਗਰੇਜ਼ ਸਿੰਘ ਜੀ ਸਿੱਖੋ 11,000 ਤੇ ਨਾਲ ਹੀ ਤਰਸੇਮ ਸਿੰਘ ਜੀ ਸਿੱਖੋ ਕੈਨੇਡਾ 11,000 ਸੰਦੀਪ ਸਿੰਘ ਗੱਲ ਕਹਿੰਦੇ 11,000 ਤੇ ਨਾਲ ਹੀ ਆਪਾਂ ਰਾਹੁਲ ਯਾਰੀ ਨੂੰ ਗੱਗੂ ਭਰਾ ਆਪਣਾ ਦਾ ਪੇਜ ਹੈ ਵੱਧ ਤੋਂ ਵੱਧ ਕਰੋ ਸ਼ੇਅਰ ਬਈ ਮੰਨੇ ਕਪੂਰ ਸ਼ਾਹ ਦੀਆਂ ਵੀਰੇ ਰੀਲਾਂ ਐਂ ਚੱਲਦੀਆਂ ਜਿਵੇਂ ਸੀਤ ਵਾਲਾ ਚੱਲਦਾ ਅੱਜ ਕੱਲ੍ਹ ਸਤਿ ਸ਼੍ਰੀ ਅਕਾਲ ਜੀ ਬਈ ਕੀ ਹਾਲ ਹੈ ਨਹੀਂ ਨਹੀਂ ਬਈ ਯਾਰ ਪਿਆਰ ਆ ਤੁਹਾਡੇ ਭਰਾਵਾਂ ਦਾ ਭਰਾਵਾਂ ਕਰਕੇ ਹੁੰਦਾ ਸਾਰਾ ਕੁਝ ਰਹਿਣਾ ਪੂਰਾ ਫਿੱਟ ਆ ਵੀਰੇ ਮੈਂ ਹੀ ਮੰਗਾਇਆ ਸੀ ਮੈਂ ਪੀਤਣੀ ਚਾਹ ਆ ਗਈ ਮੈਨੂੰ ਬਰਫੀ ਚੱਲੀ ਆ ਘੰਟਾ ਦੋ ਹੀ ਦਿੱਤੇ ਹੁਣ ਰਹਿਣਾ ਫਿੱਟ ਆ ਵੀਰੇ ਜੱਸੇ ਬਰਾੜ ਜੀ ਜੋਸ਼ੀ ਬਠਿੰਡਾ ਜੀ ਮਮਦੋੜ ਇਲਾਕੇ ਦੀ ਸ਼ਾਨ ਵੀ ਲਾਈ ਮੈਂ ਜੁੜ ਗਈ ਠੀਕ ਹੈ ਜੀ ਬਸ ਠੀਕ ਹੈ ਜਿਹੜੀ ਉਹਦੇ ਪਾਸੇ ਜਿਹੜੇ ਪਾਸੇ ਲੈਗਲ ਬੈਂਡ ਥੋੜਾ ਕਾਂਦਾ ਜੇ ਉਧਰ ਬਾਹਰ ਜਾਂਦੀ ਦੇ ਸਕੋਰ ਦੋ ਹੋਣਗੇ ਸਾਰੀਆਂ ਟੀਮਾਂ ਦੇ ਖਿਡਾਰੀ ਧਿਆਨ ਰੱਖਣਗੇ ਬਾਕੀ ਅਸੀਂ ਮੌਕੇ ਦੇ ਨਾਲ ਦੱਸਦੇ ਰਵਾਂਗੇ ਸਾਰੇ ਪਲੇਅਰ ਹੀ ਆ ਰਹੇ
ਚੱਲਦੇ ਸਮੇਂ ਦਾ ਕਹਿੰਦੇ ਸੁਪਰ ਤੇ ਬੰਪਰ ਮੇਰੇ ਵੀਰੋ ਸਾਹਨੇਵਾਲ ਦੀ ਧਰਤੀ ਦਾ ਕਹਿੰਦੇ ਹੈਪੀ ਵਾਲਾ ਬਾਉਂਦਾ ਵਧੀਆ ਵਧੀਆ ਡੈਵਿਡ ਵੀਰੇ ਕਦੇ ਦਿਆਲਪੁਰੀ ਆ ਕਦੇ ਡੈਵਿਡ ਬਾਕਸਰ ਮੰਨੂ ਪੰਜ ਓਵਰਾਂ ਦਾ ਮੈਚ ਹੈ ਕੀਰਤ ਸੰਧੂ ਕਾਸੂ ਬੇਗੂ ਦੇ ਡੈਵਿਡ ਮੁਕਸਰ ਆਕਾਸ਼ ਮਨਿੰਦਰ ਖੋਸਾ ਸਾਰੇ ਭਰਾਵਾਂ ਦਾ ਧੰਨਵਾਦ ਜੀ ਜਿਹਦੀ ਰਫਤਾਰ ਜਿਹਦੀ ਬਾਲ ਮੇਰੇ ਵੀਰੋ ਬੜੀ ਕਹਿੰਦੇ ਵੇਖਣੇ ਬੜੀ ਜਿਹਦੀ ਮੈਂ ਕਹਿ ਕਰ ਦੋ ਸ਼ੇਅਰ ਸਾਰੇ ਭਰਾ ਵੀਰੇ ਜਿਨ੍ਹਾਂ ਨੇ ਪੇਜ ਲਾਈਕ ਫੋਲੋ ਨਹੀਂ ਕੀਤਾ ਪੇਜ ਜ਼ਰੂਰ ਲਾਈਕ ਫੋਲੋ ਕਰੋ ਡਾਕਟਰ ਮਰਿੰਡਾ ਵੀ ਆਊਗਾ ਵੀਰੇ ਦੂਜੇ ਪਾਸੇ ਸੰਮੇ ਵਾਲੀ ਹੈ ਟੱਕਰ ਸਿਰੇ ਦੀ ਹੋਣੀ ਹੈ ਬਾਲੇ ਨੂੰ ਬਾਲ ਟੱਕਰ ਗਿਆ ਮੇਰੇ ਵੀਰੋ ਆ ਬਾਲ ਦੇ ਉੱਪਰ ਕੁਝ ਨਾ ਕੁਝ ਹੋਣਾ ਜ਼ਰੂਰ ਹੈ ਪਹਿਲੀ ਬਾਲ ਓਏ ਹੋਏ 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 ਕੋਟਕਪੂਰਾ ਸਿਟੀ ਹੈ ਵੀਰੇ ਮਾਨ ਸਿੰਘ ਜੀ ਕੇ ਐਸ ਵਧੀਆ ਵਧੀਆ ਤੀ ਦੱਸੋ ਉਸ ਤੋਂ ਅਗਲਾ ਮੈਚ ਹੈਗਾ ਦਸਾਂਝ ਕੰਨੂ ਤੇ ਜੋਤ ਡਾਲਾ ਵੀਰੇ ਕੰਨੂ ਧਰਮਗੋੜ ਚ ਕੋਈ ਜੋਤ ਡਾਲਾ ਨਾਲ ਹੈਗਾ ਕਰਮੂ ਵਾਲੇ ਦੇ ਨਾਲ ਸੇਬ ਗਿੱਟਾਂ ਵਾਲੀ ਤੇ ਮੰਗੂ ਕਵਰ ਵਾਲਾ ਵੀਰੇ ਇਹ ਤੀਜਾ ਮੈਚ ਆ ਨਵੀਂ ਮਠਾਰੂ ਵੀਰੇ ਕੀ ਹਾਲ ਨੇ ਵੀਰ ਜੀ ਕੈਮ ਨਿੱਕਾ ਮੱਲੇ ਸ਼ਾਹ ਜੀ ਕੀ ਹਾਲ ਚਾਲ ਹੈ ਕੈਮ ਅਗਲਾ ਮੈਚ ਆਮਦਾਲੇ ਚ ਵੀਰੇ ਹੈਗਾ ਆਰਚੀ ਖੇਮਾ ਖੇਡਾ ਤੇ ਸ਼ੁਭਾਨ ਮਲੇਰਕੋਟ ਦਾ ਕੇਰਾ ਬੋਦਲਾ ਚ ਪਵਨ ਸਬੰਧੀ ਤੇ ਨਿਆਜ ਚੁੱਪ ਕੀਤੀ ਧੰਨਵਾਦ ਹਰਦੀਪ ਰਾਜ ਜੀ ਮਾਣਕ ਜੀ ਕੀ ਹਾਲ ਚਾਲ ਨੇ ਮਾਣਕ ਕਿਵੇਂ ਆ ਮਾਣਕ ਕੈਨੇਡਾ ਬਿਜਲੀ ਬਠਿੰਡਾ ਆਇਆ ਵੀਰੇ ਕੋਟਕਪੂਰਾ ਇਹ ਟੀਮਾਂ ਨੂੰ ਬੇਨਤੀ ਹੈ ਜਲਦੀ ਅਗਲੇ ਪਾਸੇ ਟੌਸ ਲਈ ਆ ਜਾਣ ਕਲੇਰ ਤੇ ਕੋਟਕਪੂਰਾ ਕਿਰਪਾ ਕਰਕੇ ਕਹਿੰਦੇ ਬੇਨਤੀ ਹੈ ਸਾਊਂਡ ਵਾਲਾ ਵੀਰ ਧੰਨਵਾਦ ਕਰਾਂਗੇ ਸਾਊਂਡ ਵਾਲਾ ਵੀਰ ਸਾਊਂਡ ਕੋਲੇ ਆਵੇ ਇਧਰੇ ਪਾਸੇ ਕਹਿੰਦੇ ਬਾਬੇ ਨੇ ਟਰਾਈ ਕੀਤੀ ਹੈ ਕੋਈ ਨਾ ਵੀਰੇ ਰਾਜਸਥਾਨ ਤਾਂ ਇੱਥੋਂ ਘੱਟੋ ਘੱਟ ਮੇਰੇ ਨਾਲ 500 ਕਿਲੋਮੀਟਰ ਵੜੂਗਾ ਉੱਥੇ ਮੀਂਹ ਪੈਣਾ ਨੇ ਬਾਈ ਲੋਡ ਆ ਉੱਥੇ ਗੁਰਜਿੰਦਰ ਨੇ ਆਮੇ 60 ਬੱਬੂ ਹਾਂ ਬੱਬੂ ਬੱਬੂ ਦਾ ਅਗਲਾ ਮੈਚ ਹੈ ਵੀਰੇ ਸੁੱਖੀ ਧੌਲਾ ਵੀ ਆਊਗਾ ਵੀਰੇ ਸਾਰੇ ਪਲੇਅਰ ਹੀ ਆ ਰਹੇ ਬਾਈ ਮੈਚਾਂ ਦੀ ਲਿਸਟ ਪਾਈ ਹੋਈ ਹੈ ਚੱਲ ਮੈਂ ਬਾਅਦ ਚ ਕਰਦਾ ਹੁਣ ਜ਼ਰੂਰ ਆਵੇ ਕਰਕੇ ਦੇ ਸਾਊਂਡ ਦੇ ਕੋਲੇ ਆ ਨਗਰ ਕਹਿੰਦੇ ਅੱਬੂ ਆ ਵੀਰਾ ਕਹਿੰਦੇ ਫੁੱਕਣ ਵਾਲਾ ਪਿੰਡ ਆ ਨਵੰਬਰ ਦੇ ਮਹੀਨੇ ਕਹਿੰਦੇ ਰਾਉਤਾਸ ਧਰਤੀ ਦੇ ਵਿਲਕੜ ਗਿਆ ਹੈ ਸਾਡੇ ਭਰਾ ਕਹਿੰਦੇ ਜਿਹੜੀ ਰੋਹਿਤ
ਬਿੱਟੂ ਆਇਆ ਵੀਰੇ, ਬਿੱਟੂ ਆਇਆ ਵਿਆ, ਬਿੱਟੂ ਕੋਟ ਸੁ ਗਿਆ, ਕਮੈਂਟਰੀ ਕਰ ਰਿਹਾ ਧਰਮਾ ਕਲੀਅਰ, ਬਿੱਟੂ ਕੋਟ ਸੁ ਗਿਆ। ਸੈਮੀ ਤਲਵੰਡੀ ਮੰਨਾ ਕਬੂਲ ਸ਼ਾਹ ਵੀਰੇ, ਚਾਰ ਬੁਲਾਰੇ ਹੋਣਗੇ। ਸਹੀ ਨੀ ਲੱਗੀ, ਕੋਈ ਗੱਲ ਨੀ, ਸਹੀ ਆ ਹੁਣ 11 ਬਾਲਾਂ ਠੀਕ ਹੈ ਕਿ ਬਹੁਤ ਕੋਈ ਬਹੁਤ ਬਹੁਤ ਵੱਡਾ ਧੰਨਵਾਦ ਕਰਾਂਗੇ ਕੀ ਫਰਮਾ ਦੋਰੀ ਕਮੇਟੀ ਜੀ ਵੀਰੇ, ਕੱਲ ਰੋਜੀਤ ਸਿੰਘ ਜੀ ਔਰ ਜਿਹਨਾਂ ਦਾ ਘਰ ਆ ਇਧਰ ਪ੍ਰਬੰਧਕ ਭਾਰ ਸਾਡੇ ਖੇਡਦੇ ਨਹੀਂ ਕਦੇ, ਅਸੀਂ ਖੇਡਦੇ ਹੀ ਇਹਨਾਂ ਦੇ ਬਾਹਰ ਸਾਡੀ ਉਧਰ ਚਲੀ ਜਾਵੇ ਨਾ ਬਾੜ ਤਾਂ ਤੈਨੂੰ ਹੀ ਬੋਲਦਾ ਪਾਣੀ ਲੈ ਕੇ ਮੇਰੇ ਵੀ ਨੂੰ ਵਾਪਸ ਕਰ ਦਿੰਦੇ ਆ ਤੇ ਕਈ ਵਾਰੀ ਤੁਹਾਨੂੰ ਪਤਾ ਖੇਡਦੇ ਨਾਲ ਜ਼ੋਰ ਲੱਗਦਾ ਹੋਵੇ ਤੇ ਪਾਣੀ ਵੀ ਕਹਿੰਦੇ ਪਲੇਅਰਾਂ ਨੂੰ ਪੀਂਦੇ ਆ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਦੇ ਹਾਂ। ਲਾਸਟ ਮੈਚ ਆ ਸੌਰੀ ਵੀਰੇ ਹਰਮਨ ਜੀ ਇਸ ਮੇਲੇ ਦੇ ਵਿੱਚ ਆਪਾਂ ਧੰਨਵਾਦ ਕਰਾਂਗੇ ਸਾਰੇ ਸਰਕਾਰ ਵਿਚਾਰਿਆਂ ਦਾ ਲਓ ਬਲਵੰਤ ਦੇ ਫੈਸਲੇ ਔਰ ਖਿਡਾਰੀ ਵੀਰੇ ਵੀਰੇ ਦੇ ਪਾਸੇ ਆ ਤੋਂ ਕਿ ਵਾਪਸ ਆਇਆ ਬੱਲੇਬਾਜ਼ ਜਲਦੀ ਬਰਾਬਰ ਦੇ ਵਿੱਚ ਆਵੇ ਜੀ ਤਲਵੰਡੀ ਦੀ ਟੀਮ ਦਾ ਲਾਉਂਦੇ ਪਾਸੇ ਕਹਿੰਦੇ ਵੱਡਾ ਭਰਾ ਕਹਿੰਦੇ ਮੋਦੀ ਕਹਿੰਦੇ ਕੈਨੇਡਾ ਬੁੱਕਣ ਨਾ ਆਊਗਾ ਵੀਰੇ ਸਾਰੇ ਪਲੇ ਸਿੱਧੂ ਸਾਡਾ ਵੀ ਕੈਨੇਡਾ ਕਹਿੰਦੇ ਬੁੱਕਣ ਵਾਲੀ ਆ ਉਹਦਾ ਮਤਲਬ 1100 ਰੁਪਇਆ ਜਿਹੜਾ ਕਹਿੰਦੇ ਅੱਪੂ ਦੇ ਲਈ ਹੈ ਬਾਈ ਨਾ ਕੀ ਆਪਣਾ ਵੀਰੇ 1100 ਰੁਪਇਆ ਜਿਹੜਾ ਕਹਿੰਦੇ ਅੱਪੂ ਦੇ ਲਈ ਆ ਵਿਦੇਸ਼ਾਂ ਦੇ ਬੈਠੇ ਭਰਾ ਸਾਡੇ ਕਿੱਡੀ ਮਿਹਨਤ ਕਰਦੇ ਵਧੀਆ ਵਧੀਆ ਰਾਜ ਵੀਰੇ ਤੇ ਵੱਡੇ ਮਾਨ ਸਰਕਾਰ ਜਿਹੜੇ ਇਸਲੇ ਪਾਸੇ ਅੱਪੂ ਲੈ ਕੇ ਗਿਆ ਹੈ ਜਿਹੜੀ ਕੈਨੇਡਾ ਬੁੱਕਣ ਵਾਲੀ ਤੇ ਨਾਲ ਸਾਡਾ ਵੀ ਸਿੱਧੂ ਕਹਿੰਦੇ ਕੈਨੇਡਾ ਬੁੱਕਣ ਵਾਲੀ ਆ ਬਹੁਤ ਵੱਡਾ ਧੰਨਵਾਦ ਕਰਾਂਗੇ ਇਧਰ ਕਹਿੰਦੇ ਫੇਰ ਵੀਰੇ ਵੀਰੇ ਗੈਰੀ ਭਾਗੀਆ ਤੇਜਿੰਦਰ ਜਿਹੜੇ ਆਇਆ ਤਾਂ ਬੇਰੀ ਕੋਈ ਦੱਸਾਂ ਆਹ ਲਵਲੀਨ ਹੈ ਮੁੰਡਾ ਵੀਰੇ ਵੀਰੋ ਤਲਵੰਡੀ ਭਾਈਵਾਲ ਇਸ ਵੇਲੇ ਲਵਲੀਨ ਕਹਿੰਦੇ ਪਤਲੇ ਪਤੰਗ ਖੇਡਦਾ ਹੈ ਪਰ ਜਿਹੜਾ ਪਾਲਾ ਪਾਉਂਦਾ ਨੇ ਸਾਰਾ ਮੈਚ ਵੱਢ ਕੇ ਰੱਖਦੇ ਗੱਲ ਵੀ ਬੜੇ ਦੋਵੇਂ ਕਹਿੰਦੇ ਨੇ ਵਾਈ ਜਿਹੜੇ ਖਿਡਾਰੀ ਪਹਿਲੀਆਂ ਦੋਆ ਦੇ ਲੋੜੇ ਹੈ ਇਹ ਆ ਸਾਹਮਣੇ ਅੰਬੋ ਕਰੇ ਕਬੱਡੀ ਵਾਲੀ ਪੂਰੀ ਗੱਲ ਆ ਜਾਣਦੀ ਤੂੰ ਇਹਨਾਂ ਨੂੰ ਵੀ ਜਾਣਦੀ ਵਧੀਆ ਮਜਾਜ ਨੇ ਤੂੰ ਫੁੱਲ ਨੂੰ ਵੀ ਜਾਣਦੀ
ਵੱਡੀ ਹੈ ਪਜਾਖੜ ਤੂੰ ਦਿਲ ਨੂੰ ਆਉਂਦੀ ਮਨਾ ਭਰਾ ਸਾਡਾ ਕਾਬੂ ਸ਼ਾਹ ਦੀ ਧਰਤੀ ਦਾ ਹੈ ਉਹ ਵੀ ਆਈਏ ਸਾਡੇ ਮੇਰੇ ਭਰਾ ਸ਼ੋਰ ਹੈ ਯਾਰ ਬਹੁਤ ਵੱਡਾ ਧੰਨਵਾਦ ਸਾਡੀ ਖੇਡ ਦਾ ਬੜਾ ਵਧੀਆ ਬੁਲਾਰਾ ਹੈ ਬਹੁਤ ਵੱਡਾ ਧੰਨਵਾਦ ਹੋਵੇਗਾ ਮਨਾ ਭਰਾ ਸਾਡਾ ਕਾਬੂ ਸ਼ਾਹ ਦੀ ਧਰਤੀ ਦਾ ਹੈ ਉਧਰ ਬਾਈ ਨੇ ਬਾਹਰ ਗਈ ਸਕੋਰ ਆ ਗਿਆ ਕਿਰਪਾ ਕਰਕੇ ਬੇਨਤੀ ਹੈ ਸਾਡਾ ਵੀਰ ਇਧਰ ਥੋੜਾ ਧਿਆਨ ਦੇਈਏ ਆਪਾਂ ਟੈਂਟ ਵਾਲਾ ਵੀਰ ਵੀ ਜਿਹੜਾ ਪ੍ਰਬੰਧ ਕਰਦਾ ਜ਼ਰੂਰ ਸੰਪਰਕ ਕਰੇ ਮੈਂ ਜੀ ਸਟੇਜ ਦਾ ਸਾਥੀ ਆ ਦਿਓ ਕਿਉਂਕਿ ਆਪਣੇ ਜਿਹੜੇ ਮੁੱਖ ਮਹਿਮਾਨ ਉਹਨਾਂ ਨੇ ਸਟੇਜ ਤੇ ਬੈਠਣਾ ਕਿਰਪਾ ਕਰਕੇ ਬੇਨਤੀ ਹੈ ਸਾਡੇ ਜਿੰਨੇ ਵੀ ਪਕਵਾਤੇ ਸੱਜਣ ਪੁੱਜੇ ਆ ਮੈਂ ਸਭ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਆ ਮੁੰਡੇ ਦੀ ਫਿਕਰ ਸਾਡੇ ਕਰੇਦਾ ਵਾਲੇ ਭਾ ਕਹਿੰਦੇ ਆ ਵੀ ਪਹਿਲਾਂ ਸਵਾਗਤ ਕਰੂਪਾ ਜਾਣਾ ਕਿਉਂਕਿ 2:30 ਵਜੇ ਮੁੰਡੇ ਦੀ ਖੇਡ ਜਿਹੜਾ ਜਿਹੜਾ ਦਿੱਲੀ ਵੱਲੋਂ ਰਵਾਨਾ ਹੋ ਜਾਣਾ ਦਰਸ਼ਨ ਸਿਰਾ ਤੂੰ ਚੱਕਰ ਦੀ ਕਲਾ ਰੱਖੇ ਉਧਰ ਜਾਕਰੇ ਦਾ ਮਾਰ ਚੱਲਦਾ ਤੇ ਦੇਰੀ ਤੇ ਸਿੱਧੂ ਕਹਿੰਦੇ ਰੁਪਈਆ 400 ਹੈ ਵਧੀਆ ਵਧੀਆ ਮੁਕੇਸ਼ ਮਿਰਜਾ ਨੇ ਦਿਆਲ ਭਰਾ ਵੀਰੇ ਸ਼ੇਅਰ ਕਰੋ ਸਾਰੇ ਭਰਾ ਵੀਰੇ ਜਿਨ੍ਹਾਂ ਨੇ ਪੇਜ ਲਾਈਕ ਫੋਲੋ ਨਹੀਂ ਕੀਤਾ ਪੇਜ ਜ਼ਰੂਰ ਲਾਈਕ ਫੋਲੋ ਕਰੋ ਖਿਡਾਰੀ ਫਿਰ ਬਾਲ ਪਾਉਣੀ ਬਾਈ ਕੋਟ ਕਪੂਰਾ ਤੇ ਕਲੇਰ ਕਿਰਪਾ ਕਰਕੇ ਕਹਿੰਦੇ ਬੇਨਤੀ ਹੈ ਟੀਮਾਂ ਕਾਲ ਸਮੇਂ ਆ ਜਾਣ ਕੋਟ ਕਪੂਰਾ ਤੇ ਕਲੇਰ ਦੂਜੇ ਚੱਲਿਆ ਦੋ ਚੱਲੇ ਬਾਹਰ ਇੱਕ ਦੇ ਇੱਕ ਦੋ ਦਾ ਹੋ ਗਏ 98 ਬਾਬੇ ਦੀ ਬੈਟਿੰਗ ਦੱਸੋ ਬਾਈ ਕਿਵੇਂ ਲੱਗੀ ਫਿਰ ਸਾਰੇ ਭਰਾ 106 ਦਾ ਬਾਬੇ ਦੀ ਵੀਰੇ ਬੈਟਿੰਗ ਦੱਸੋ ਸਾਰੇ ਭਰਾ ਕਮੈਂਟ ਕਰਕੇ ਵੀਰੇ ਬਾਗ ਨੇ ਬਾਬੇ ਨੇ ਸੁਬਾ ਸੁਬਾ ਵੀਰੇ ਧਾਵਾ ਬੋਲਤਾ ਆ ਗਏ ਲੜੀ ਉਸਲੇ ਪਾਸੇ ਕਹਿੰਦੇ ਗੁਰਕਮਲ ਬਾਈ
ਕਨੇਡਾ ਦੇ ਭਰਾ ਸਾਡੇ ਦੇ ਕਹਿੰਦੇ ਰਮਨਦੀਪ ਯੂਟਿਊਬ ਤੇ ਵੀਰੇ ਖਾਸ ਕੋ ਕ੍ਰਿਕਟ ਬਰੋਈ ਪਰ ਆਪਣਾ ਚੈਨਲ ਰਵਿੰਦਰ ਬਰਾੜ ਯੂਟਿਊਬ ਤੇ ਵੀਰੇ ਖਾਸ ਕੋ ਕ੍ਰਿਕਟ ਬਰੋਈ ਪਰ ਆਪਣਾ ਚੈਨਲ ਆ ਉਹਨੂੰ ਵੀਰੇ ਕਰ ਲਓ ਫੋਲੋ ਸਾਰੇ ਭਰਾ ਜੀ ਗੁਰਮੁਖ ਧੰਨਵਾਦ ਧੰਨਵਾਦ ਵੀਰੇ ਓਕੇ ਓਕੇ ਧੰਨੇ ਵੀਰੇ ਸਹੀ ਗੱਲ ਆ ਧੰਨਾ ਚਹਿਲ ਵੀਰੇ ਅਮਨ ਟਹਿਣਾ ਸੰਧੂ ਸਾਹਿਬ ਜੀ ਕੀ ਹਾਲ ਨੇ ਅਮਨ ਟਹਿਣਾ ਜੀ ਵਧੀਆ ਵਧੀਆ ਵੀਰੇ ਸੇਵਕ ਮਿਹਰਬਾਨੀ ਵੀਰੇ ਵਧੀਆ ਵਧੀਆ ਅਮਨ ਟਹਿਣਾ ਨਹੀਂ ਔਖਾ ਆਪਣੇ ਇਹ ਕੰਮ ਸਾਹਿਲ ਸੈਣੀ ਵੀਰੇ ਮੈਚ ਵੀਰੇ ਪੂਰੀ ਗਰਦੀ ਨਿਕਲਣੀ ਆ ਇੱਥੇ 100 ਰਨ ਕੋਈ ਜ਼ਿਆਦਾ ਨਹੀਂ ਵੀਰੇ ਇੱਕ ਪਲੇਅਰ ਖੜ ਗਿਆ ਹੁਣ ਇਹੀ ਮੈਚ ਦਾ ਪਾਸਾ ਪਲਟ ਦੇਣਾ ਇੱਥੇ ਧੰਨਵਾਦ ਆਪਣੇ ਟਹਿਣੇ ਵੀਰੇ ਕਰਨ ਕੁਮਾਰ ਲਾਡੀ ਵੀ ਆਇਆ ਵੀਰੇ ਹੱਸ ਗਿਆ ਬਾਬਾ ਜੀ ਤਿੰਨ ਦਿਨ ਕਰਨ ਕੁਮਾਰ ਹਾਂ ਦੋਨੇ ਬਾਹਰਲੇ ਆ ਸਕਦੇ ਵੀਰੇ ਬੈਟਿੰਗ ਤੇ ਹੈਪੀ ਬੈਟਿੰਗ ਦੇ ਕੋਟਕਪੂਰੇ ਵਾਲੇ ਆ ਗਏ ਵੀਰੇ ਹਰਵਿੰਦਰ ਸਿੰਮੇ ਵੀਰੇ ਨੈਣੀ ਮਾਂਡੀ ਵੀ ਸਾਰੇ ਪਲੇਅਰ ਹੀ ਆਏ ਦੇਖੋ ਵੀਰੇ 24 ਟੀਮਾਂ ਦਾ ਪੂਲ ਆ ਵੀਰੇ ਅੱਜ ਸੁਖਮਨ ਸੋਨੀ ਹਾਂਜੀ ਹੈਪੀ ਭੋਨਾ ਵੀਰੇ ਕਿਵੇਂ ਆ ਇੰਗਲੈਂਡ ਤੋਂ ਲਾਈਵ ਜਿਹੜਾ ਪ੍ਰਾਈਜ਼ 51,000 31,000 ਵੀਰੇ ਕੰਨੂ ਧਰਮਕੋਟ ਦਾ ਅਗਲਾ ਮੈਚ ਆ ਨਹੀਂ ਵੀਰੇ ਅਗਲਾ ਨਹੀਂ ਵੀਰੇ ਤੀਜਾ ਮੈਚ ਆ ਸੋਰੀ ਓਕੇ ਓਕੇ ਭੁੱਚੋ ਵਾਲਾ ਵੀ ਲਾਈਵ ਨਾਲ ਜੁੜ ਗਿਆ ਧੰਨਵਾਦ ਵੀਰੇ ਅਗਲਾ ਮੈਚ ਗੱਗੀ ਜੋਧਾਂ ਤੇ ਖੇਡਣਗੇ ਬੱਬੂ ਬਾਜ ਰੋਡ ਵੀਰੇ ਮੈਚ ਇਹ ਅੰਬਰਸਰ ਰੋਡ ਤੇ ਹੈ ਵੀਰੇ ਪਿੰਡ ਫਰੀਦਕੋਟ ਅੰਬਰਸਰ ਰੋਡ ਤੇ ਤਰਵੰਡੀ ਭਾਈ ਦੇ ਨਾਲ ਖੁਸ਼ਾ ਦੁੱਧ ਆਊਗਾ ਵੀਰੇ ਕੱਲ ਨੂੰ ਖੇਡੂਗਾ ਮਿਸ਼ਰੀ ਵਾਲ ਜੀ ਵੀਰੇ ਮੰਮ ਦੌੜ ਦੇ ਵੀਰੇ ਸਾਰੇ ਪਲੇਅਰ ਪਾਵਾਂਗੇ ਸ਼ਾਮ ਨੂੰ ਆਪਾਂ ਵੈਸੇ ਪਾਈ ਆ ਪੋਸਟ ਆਪਾਂ ਜਗਸੀਰ ਜਸਪ੍ਰੀਤ ਵੀਰੇ ਮੰਮ ਦੌੜ ਕੱਲ ਨੂੰ ਆ ਵੀਰੇ ਹਰਜੋਤ ਬਰਾੜ ਜੀ
ਵਧੀਆ ਵਧੀਆ ਲਓ ਜੀ ਰੋਹਿਤ ਚੰਡੀਗੜ੍ਹੀਆ ਤੇ ਰਹਿਣਾ ਤੇ ਪਹਿਲੀ ਤੇ ਟੱਪ ਗਈ ਸਿਕਸਰ ਕਿੰਗ ਆਇਆ ਵੀਰੇ ਫਾਈਨਲ ਡੇ ਵੀਰੇ 10 ਨੂੰ ਆ ਬਾਈ ਉੱਚੋ ਵਾਲਾ ਮਿਹਰਬਾਨੀ ਮਿਹਰਬਾਨੀ ਵੀਰ ਜੀ ਜਿੰਨੇ ਲਾਈਵ ਦੇਖ ਰਹੇ ਦਿਲੋਂ ਧੰਨਵਾਦ ਅੱਗ ਹੀ ਨਿਕਲਣੀ ਅੱਜ ਵੀਰੇ ਕੱਲ ਨੂੰ ਵੀ ਐਨ ਪਟਾਕੇ ਹੀ ਪੈਣੇ ਇੱਥੇ ਓਏ ਹੋਏ 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 ਇਹ ਪਲੇਅਰ ਦੀ ਵੀਰੇ ਬਹੁਤ ਵੱਡੀ ਖਾਸੀਅਤ ਆ ਵੀਰੇ ਇੱਕ ਹੱਥ ਨਾਲ ਛੱਕਾ ਮਾਰਦਾ ਦਮ ਰੱਖਦਾ ਜਿਹੜਾ ਮਰਜ਼ੀ ਬਾਈ ਨਾਲ ਸਿੰਗਲ ਬੈਟ ਲਾ ਸਕਦਾ ਲਵੀ ਚੌਹਾਨ ਕੋਮਲ ਦੇ ਐਨ ਮੱਥੇ ਨੂੰ ਦਰੇਰੀਆਂ ਲਿਆ ਦੀਆਂ ਮੁੰਡੇ ਨੇ 9 ਬਾਲਾਂ ਕਰਾਈਆਂ ਨੌ ਨੇ 10 ਸੱਚ ਹਾਂ ਵੀਰੇ ਲਾਈਵ ਆਪਾਂ ਹੀ ਕਰਨਾ ਮਧੋੜ ਵੀਰੇ ਲਓ ਜੀ ਗੇਂਦ ਹਵਾ ਚ ਝੂਮ ਗਈ ਸਾਰੀ ਤਲਵੰਡੀ ਇਹ ਪੈ ਗਏ ਵੀਰੇ ਰਹਿਣਾ ਇਹ ਮੋੜਤਾ ਵੀਰੇ ਮੰਜਾ ਤੇ ਮੈਂ ਲੇਟ ਆ ਵੀਰੇ ਆਪਣਾ ਕੋਸੋ ਕ੍ਰੇਡ ਪ੍ਰੋਪਰ ਹੈ ਵੀਰੇ ਸਾਰੇ ਭਰਾ ਫੋਲੋ ਕਰ ਸਕਦੇ ਜਾ ਕੇ ਵੀਰੇ ਦਾ ਕੱਲ ਨੂੰ ਮੈਚ ਹੈ ਵੀਰੇ ਪਰ ਤਲਵੰਡੀ ਭਾਈ ਵਾਲਿਆਂ ਨੇ ਸਾਰੇ ਦਾ ਜਿਹੜੇ ਬੰਦ ਹੀ ਕਰ ਦਿੱਤੇ ਆ ਬਾਈ ਹਰ ਇੱਕ ਟੀਮ ਨੂੰ ਬੇਨਤੀ ਹੈ ਚੱਲਦੇ ਮੈਚ ਚੱਲਦੀ ਬੇਨਤੀ ਜਿਹੜੀ ਟੌਸ ਹੋਇਆ ਕਰੇਗੀ ਜੇ ਟੌਸ ਤੋਂ ਬਾਅਦ ਇੱਕ ਟੀਮ ਆ ਗਈ ਦੂਜੀ ਟੀਮ ਨਾਲ ਜੇ ਜਿਹੜੀ ਟੀਮ ਆ ਗਈ ਉਹ ਤਾਂ ਜਿੱਤੀ ਹੋਵੇਗੀ ਇਹ ਜਿਹੜਾ ਜ਼ਰੂਰ ਆਪਾਂ ਇਹਦੇ ਬੰਦੇ ਧਿਆਨ ਦੇਵਾਂਗੇ ਮਸਤਾ ਗੱਟੀ ਆਣੀ ਅੱਜ ਮੰਨੂ ਹਿਰਨ ਵਾਲੀ ਵੀ ਆਊਗਾ ਸਾਰੇ ਪਲੇਅਰ ਹੀ ਆਉਣਗੇ ਬਾਈ ਥੋੜਾ ਲੇਟ ਹੀ ਆ ਮੈਂ ਜਿਹੜੇ ਰਾਜ ਸ਼ਰਮਾ ਜੀ ਬਾਬਾ ਆ ਗਿਆ ਕਹਿੰਦੇ ਨਵੀਂ ਖਿਡਾਰੀ ਇਹ ਤਲਵੰਡੀ ਭਾਈ ਵਾਲਾ ਕਹਿੰਦੇ ਨਵੀਂ ਖਿਡਾਰੀ ਜਿਹਦੇ ਕਹਿੰਦੇ ਮੈਦਾਨ ਦੇ ਦੋਨੇ ਪਾਸੇ ਬਾਲਾਂ ਕਰ ਰਹੀਆਂ ਨੇ ਤੇ ਦੂਜੇ ਪਾਸੇ ਹੈਪੀ ਆ ਇਹ ਨਵੀਂ ਖਿਡਾਰੀ ਜਿਹਦਾ ਕਹਿੰਦੇ ਮੇਰੇ ਵੀਰੋ ਸਾਹਮਣੇ ਹਲਕੇ ਦੇ ਪਿੰਡ ਦਾ ਗੱਲਾਂ ਕਹਿੰਦੇ ਚੱਲਦੀਆਂ ਨੇ ਔਰ ਸਾਹਮਣੇ ਪਾਸੇ ਕਹਿੰਦੇ ਤਲਵੰਡੀ ਵਾਲਾ ਬਾਬਾ ਜਿਹਦੇ ਬਾਲਾਂ ਕਹਿੰਦੇ ਮੈਦਾਨ ਕਰ ਰਹੀਆਂ ਨੇ ਕਿਰਪਾ ਕਰਕੇ ਬੇਨਤੀ ਆ ਕੋਟਪੁਰ ਦੀ ਟੀਮ ਨੂੰ ਬੇਨਤੀ ਆ ਤੇ ਨਾਲ ਕਲੇਅਰ ਇਹ ਟੀਮਾਂ ਕਹਿੰਦੇ ਤਿਆਰ ਰਹਿਣ ਮੈਂ ਵੀ ਕਲੇਰਾਂ ਦੀ ਟੀਮ ਦਸੀਏ ਦੱਸੇ ਕੀ ਕਰਨਾ ਕਲੇਰਾਂ ਦੇ ਮੁੰਡੇ ਦਸੀਏ ਦੱਸਣਗੇ ਬੋਲਿੰਗ ਕਰਨੀ ਆ ਬੈਟਿੰਗ ਕਰਨੀ ਆ ਇਸ ਤੋਂ ਬਾਅਦ ਉਹਨਾਂ ਨੇ ਮੈਚ ਖੇਡਣਾ ਰਹਿਣਾ ਕਿਉਂਕਿ ਸਾਰੇ ਮੈਚ ਜਿਹੜੇ ਮੇਰੇ ਵੀਰੋ ਖੇਡ ਕੇ ਕਰਵਾਉਣੇ ਪੈਣੇ ਆ ਫੇਰ ਮੈਚ ਹੋਣਗੇ ਪਰ ਦੇ ਪਾਸੇ ਕਹਿੰਦੇ ਹੈਪੀ ਆ ਹੈਪੀ ਨੌਜਵਾਨ ਜਿਹਦੇ ਤਾਲੀ ਕੀਤੀ ਪਰ ਜਿਹੜੇ ਸਕੋਰ 6 ਇੱਧਰ ਕਹਿੰਦੇ ਜੁੜ ਗਏ ਨੇ ਮੇਰੇ ਵੀਰੋ ਜਿਹੜੇ 6 ਸਕੋਰ ਵਧੀਆ ਵਧੀਆ ਬੋਬੀ ਵੀਰੇ ਤੁਸੀਂ ਦੱਸੋ 6 ਸਕੋਰ ਦੇ ਬਾਅਦ ਕਹਿੰਦੇ ਮੇਟੀਆ ਮੈਂ ਲਾਸਟ ਆ ਵੀਰੇ ਮਣੀ ਗੱਲ
ਮਲਿੰਗਾ ਹੈਗਾ ਵੀਰੇ, ਮਲਿੰਗਾ ਮਿਸ਼ਰੀ ਅੱਜ ਖੇਡੋ ਵੀ ਲੋਹੇ ਨਾਲ ਮੱਥਾ ਮਾਰਦੇ ਮਲੋਟਵੇ ਤੇ ਮਾਨਸੇ ਦੇ ਜੱਲ ਸੜਗਾਉਣ ਮਸਲਾ ਢਿੱਲੂ ਪਿਆਣੇ ਆ ਤੋਂ ਕਿੱਡੀ ਲੜਾਸ਼ੀ ਤੇ ਮੁੱਕਣਾ ਨਹੀਂ ਕਦੇ ਵੀ ਬਠਿੰਡੇ ਅਸਲਾ ਲੁਧਿਆਣੇ ਆ ਤੋਂ ਕਿੱਡੀ ਲੜਾਸ਼ੀ ਤੇ ਮੁੱਕਣਾ ਨਹੀਂ ਕਦੇ ਵੀ ਬਠਿੰਡੇ ਅਸਲਾ ਪੰਜਾਬ ਭਰ ਦੇ ਪ੍ਰਸਿੱਧ ਇਲਾਕਿਆਂ ਦੀ ਚਰਚਾ ਹੈ ਔਰ ਗੱਲਾਂ ਕਿਹੜੇ ਹੋਣਗੀਆਂ ਮੁੰਡਾ ਜ਼ਿਲ੍ਹੇ ਲੁਧਿਆਣੇ ਦਾ ਔਰ ਗੱਲਾਂ ਕਿਹੜੇ ਹੁੰਦੀਆਂ ਨੇ ਇਸ ਵੇਲੇ ਫੇਰ ਬਾਬੇ ਦੀ ਬਾਤ ਸਾਹਮਣੇ ਵਾਲੀ ਆ ਸਾਹਮਣੇ ਵਾਲੀ ਆ ਤੀਜਾ ਤੀਜਾ ਆਓ ਸਾਹਮਣੇ ਕਿਹੜੇ ਲਗਾਣ ਜਦੋਂ ਵੀ ਹੈਪੀ ਐਂਡ ਹੋ ਜਾਣਾ ਜਿਹਦੇ ਕਿਹੜੇ ਉਹਦੇ ਪਾਸੇ ਸੋਝਣੇ ਆਪਣੀ ਟੀਮ ਲਈ ਫੇਰ ਜੋੜ ਦਿੱਤੇ ਆ ਬਾਲ ਕੋਟ ਲਈ ਕਿਹੜੇ ਬਾਬਾ ਦੇ ਲਈ ਪਾਸੇ ਵਧਿਆ ਹੈ ਵੀ ਉਹ ਤਾਂ ਦੇ ਬਾਬੇ ਨੇ ਜੋ ਮਡੀਰ ਨਸ਼ੇ ਤੇ ਲਾਉਂਦੇ ਪਹਿਲਾ ਮੈਚ ਆ ਪਹਿਲਾ ਦਿਨ ਤੇ ਅੱਠਵੇਂ ਸਾਲ ਦਾ ਕਹਿੰਦੇ ਖੇਡ ਮੇਲਾ ਜਿਹੜਾ ਕਹਿੰਦੇ ਪੂਰੇ ਭਰ ਜੁੜਦੇ ਆ ਸਾਡੇ ਸਮੁੱਚੇ ਨਗਰ ਦੀ ਬਦੌਲਤ ਵੱਡੇ ਖੇਡ ਮੇਲੇ ਦੀਆਂ ਗੱਲਾਂ ਬਾਤਾਂ ਹੋਰ ਕਮਾਲ ਹੀ ਕਰ ਦਿੱਤੀ ਹੈ ਇਹ ਕਹਿੰਦੇ ਕੋਮਲਾ ਤੇ ਮਰੀ ਨੂੰ ਵੱਡੀ ਮੁਬਾਰਕਬਾਦ ਹੈ ਮੇਰੇ ਵੀਰੋ ਗੱਲਾਂ ਕਹਿੰਦੇ ਹੋਣਗੀਆਂ ਤੇ ਕਹਿੰਦੇ ਮੇਰੇ ਵੀਰੋ ਹਰ ਸਾਹਮਣੇ ਕਨੇਡਾ ਦੀ ਧਰਤੀ ਤੇ ਚੱਲੀ ਰਿਹਾ ਫਿਲਾਉਣਗੀਆਂ ਕੱਲ੍ਹ ਸ਼ਾਮਾਂ ਤੱਕ ਕਨੇਡਾ ਦੇ ਵਿੱਚ ਮੇਰੇ ਵੀਰੋ ਉਤਲੇ ਪਾਸੇ ਪੈਰ ਧਰ ਲੈਣਾ ਵੱਡੀ ਮੁਬਾਰਕਬਾਦ ਹੈ ਸਾਡੇ ਭਰਾ ਨੂੰ ਜਿਹੜੇ ਸੋਰ ਦੇ ਪਾਸੇ ਕਹਿੰਦੇ ਬਣ ਗਏ ਨੇ ਉਹ ਕਹਿੰਦੇ ਮੇਰੇ ਵੀਰੋ 40 ਜਿਹੜੇ ਕਹਿੰਦੇ 40 ਸਕੋਰ ਦੇ ਪਾਸੇ ਕਹਿੰਦੇ ਨੇ ਬਣ ਗਏ ਨੇ ਬਰਾਰੀ ਦੇ ਪਾਸੇ ਕਹਿੰਦੇ ਬਾਹਰ ਪਹੁੰਚ ਲਈ ਵਧ ਆਇਆ ਹੈ ਔਰ 40 ਹੋ ਗਏ 40 ਸਕੋਰ ਜਿਹੜੇ ਬਣ ਗਏ ਕੁੱਲ ਮਿਲਾ ਕੇ ਹੁਣ 18 ਬਾਲਾਂ ਦੇ ਵਿੱਚ 11 ਛੱਕੇ ਨਹੀਂ ਨੇ ਮੈਚ ਜਿੱਤਣ ਦੇ ਲਈ ਪੂਰੇ ਪੂਰੇ 6 ਰਹਿ ਗਏ ਹੈ ਜਿਹੜਾ ਬਾਲ ਪਾਉਂਦੇ ਨਹੀਂ ਆ ਗਏ ਹੈ ਮੇਰੀ ਬੇਨਤੀ ਹੈ ਗਾਈ ਵਾਲੇ ਵੀਰ ਕੋਲ ਜਿਹੜੇ ਖਿਡਾਰੀ ਆਊਟ ਹੋ ਗਏ ਹੈ ਉਹ ਗਰਾਊਂਡ ਦੇ ਵਿੱਚੋਂ ਬਾਹਰ ਆ ਜਾਣ ਮੇਰੀ ਬੇਨਤੀ ਮੇਰੀ ਰਿਕੁਐਸਟ ਮੇਰੀ ਗੁਜ਼ਾਰਿਸ਼ ਹੈ ਰੋਹਿਤ ਭਰਾ ਸਾਡਾ ਹੈ ਔਰ ਜਿੰਨੇ ਵੀ ਐਕਸਟਰਾ ਨੇ ਉਹ ਸਾਰੇ ਗਰਾਊਂਡ ਚੋਂ ਬਾਹਰ ਆ ਜਾਣ ਸਿਰਫ ਅਗਲਾ ਬੱਲੇਬਾਜ਼ ਲਾਈ ਵਾਲੇ ਭਰਾ ਦੇ ਕੋਲ ਬੈਠੇਗਾ ਬਹੁਤ ਵੱਡਾ ਧੰਨਵਾਦ ਹੋਵੇਗਾ ਇਹਨਾਂ ਵੀਰਾਂ ਦਾ ਹੁਣ 18 ਬਾਲਾਂ ਤੇ 11 ਛੱਕੇ ਰਹਿ ਗਏ ਮੈਚ ਜਿੱਤਣ ਦੇ ਲਈ ਜਿਹੜਾ ਖਿਡਾਰੀ ਕਹਿੰਦੇ ਬਾਲ ਬੁੱਧ ਵੀ ਆ ਗਿਆ ਮੁੰਡਾ ਕਹਿੰਦੇ ਸੀਤੋ ਕਮਰੀ ਧਰਤੀ ਦਾ ਜਿਹੜੇ ਪੁੱਛੇ ਤੇਰਾ ਮੇਰੇ ਪਿੰਡ ਵੀਰੋ ਔਰ ਗੱਲਾਂ ਕਹਿੰਦੇ ਹੁੰਦੀਆਂ ਨੇ ਵਿਸ਼ਾਲ ਸੀਤੋ ਦੀ ਧਰਤੀ ਦਾ ਸੀਤੋ ਦੀ ਅੱਜ ਕੱਲ੍ਹ ਕਹਿੰਦੇ ਚਰਚਾ ਮੇਰੇ ਵੀਰੋ ਉਹਨਾਂ ਪਿੰਡਾਂ ਦਾ ਉਹਨਾਂ ਇਲਾਕਿਆਂ ਦਾ ਖਿਡਾਰੀ ਅਮਲੀ ਵੀ ਪੁੱਜਿਆ ਹੋਇਆ ਹੈ ਔਰ ਗੱਲਾਂ ਹੁੰਦੀਆਂ ਨੇ ਚੋਟੀ ਦੇ ਮੱਲਾਂ ਦੀ ਗੱਲ ਹੈ ਵਿਸ਼ਾਲ ਤੇ ਕੋਮਲ ਕੋਮਲ ਤੇ ਵਿਸ਼ਾਲ ਹੁੰਦਾ ਬਠਿੰਡੇ ਵਾਲਾ ਵੀ ਬਠਿੰਡੇ ਦਾ ਬਠਿੰਡਵੀ ਬੁੱਕਣ ਵਾਲੀਆਂ ਤੋਂ ਗੱਲ ਨੀ ਬਣੀ
ਸਾਹਮਣੇ ਪਾਸੇ ਕਹਿੰਦੇ ਗੱਲ ਬਣਾਉਣੀ ਪੈਣੀ ਹੈ ਪਰ ਕਿਤੇ ਕਿਤੇ ਪੱਕੀ ਆ ਬਹੁਤ ਵੱਡੀ ਮਿਹਨਤ ਕੀਤੀ ਆ ਕੱਲ ਕਿਤੇ ਗਰਾਊਂਡ ਵਿੱਚ ਪਾਣੀ ਖੜਾ ਸੀ ਇਹ ਪਾਣੀ ਦੇ ਕੇ ਲੱਗਦਾ ਸੀ ਵੀ ਕੱਲ ਨੂੰ ਟੂਰਨਾਮੈਂਟ ਚੱਲ ਨਹੀਂ ਸਕਦਾ ਪਰ ਵੀਰਾਂ ਨੇ ਕਹਿੰਦੇ ਬਹੁਤ ਵੱਡੀ ਮਿਹਨਤ ਕੀਤੀ ਉਸਦੇ ਪਾਸੇ ਸੱਚੇ ਪਾਤਸ਼ਾਹ ਜੀ ਦੇ ਚੜ੍ਹਦੀ ਕਲਾ ਰੱਖੇ ਇੱਕ ਤਾੜੀ ਯਾਰ ਪ੍ਰਬੰਧਕਾਂ ਦੇ ਨਾਂ ਤੇ ਮਾਰ ਦਿਓ ਕੱਲ ਜਦੋਂ ਫੋਨ ਕੀਤਾ ਤਾਂ ਗਰਾਊਂਡ ਦੇ ਵਿੱਚ ਸੀ ਕਹਿੰਦੇ ਵੀ ਗਰਾਊਂਡ ਅਸੀਂ ਬਣਾਇਆ ਇਹ ਵੱਡੀ ਮਿਹਨਤ ਹੈ ਤੇ ਸੱਚੇ ਪਾਤਸ਼ਾਹ ਜਰੂਰ ਲਾਉਂਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਆਏ ਸਾਲ ਸੇਖਮਾਰੀ ਧਰਤੀ ਦੇ ਵੱਡੇ ਵੇਲੇ ਹੁੰਦੇ ਆ ਤੇ ਸਾਡਾ ਸਾਰਾ ਨਗਰ ਸਾਰੇ ਅਧਾਰੀ ਭਰਾ ਰੱਜ ਕੇ ਸਪੋਰਟ ਕਰਦੇ ਆ ਚਾਹੇ ਟੀਮ ਬਾਹਰ ਖੇਡਦੀ ਹੋਵੇ ਚਾਹੇ ਪਿੰਡ ਮੇਲਾ ਹੋਵੇ ਚਾਹੇ ਕੋਈ ਚੰਗਾ ਕੰਮ ਕਾਰ ਹੋਵੇ ਤੇ ਸਾਡਾ ਸਾਰਾ ਨਗਰ ਰਲ ਕੇ ਸਾਥ ਦਿੰਦਾ ਹੈ ਸਾਰੇ ਨਗਰ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਕਿਉਂਕਿ ਸਰਬ ਸਾਂਝਾ ਖੇਡ ਮੇਲਾ ਇਹ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਹੈ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਤਲਵੰਡੀ ਵਾਲਿਆ ਬਾਕੀ ਦੇ ਪਾਸੇ ਮੇਰਾ ਪਿੰਡ ਤੇ ਸੱਚੇ ਪਾਤਸ਼ਾਹ ਦੀ ਅੱਜ ਹੀ ਜਲਦੀ ਦੇ ਨਾਲ ਬੱਲੇਬਾਜ਼ ਖੇਡ ਮੈਦਾਨ ਵਿੱਚ ਹੈ ਲੰਗਰ ਬਣ ਰਿਹਾ ਹੈ ਤੇ ਕਿਰਪਾ ਕਰਕੇ ਬੇਨਤੀ ਹੈ ਕਮੇਟੀ ਤੋਂ ਬਿਨਾਂ ਕੋਈ ਵੀ ਸਾਡਾ ਦਰਸ਼ਕ ਕੋਈ ਵੀ ਖਿਡਾਰੀ ਉੱਥੇ ਨਾ ਜਾਵੇ ਜਦੋਂ ਲੰਗਰ ਬਣ ਗਿਆ ਤਾਂ ਆਪਣੇ ਆਪ ਚਾਲੂ ਕਰ ਦੇਣਾ ਹੈ ਇਸੇ ਕਰਕੇ ਬੇਨਤੀ ਹੈ ਥੋੜ੍ਹਾ ਧਿਆਨ ਦੇਵਾਂਗੇ ਗੱਲਾਂ ਤੇ ਨਵੀਂ ਸਕੋਰ ਕਿੰਨੇ ਬਣ ਗਏ ਨੇ ਜ਼ਰੂਰ ਆਪਾਂ ਦੱਸਾਂਗੇ ਜਿਹੜੇ ਕਿਤੇ 3 ਓਵਰ ਬਾਅਦ ਹਾਂਜੀ ਜਿਹੜੇ 42 ਸਕੋਰ ਆ ਗਏ ਜੀ 42 ਬਾਲੀ ਬਲੇਰਾਂ ਦੀ ਟੀਮ ਤੁਸੀਂ ਇਹ ਦੱਸੇ ਕਲੇਅਰ ਬਾਈ ਬੋਲਰ ਦਾ ਨਾਂ ਕੀ ਆ ਕਲੇਅਰਾਂ ਦੀ ਟੀਮ ਤੁਸੀਂ ਇਹ ਦੱਸੇ ਇਸ ਤੋਂ ਬਾਅਦ ਮੈਚ ਕਹਿੰਦੇ ਕੋਟ ਕਪੂਰ ਦਾ ਕਹਿੰਦੇ ਕਲੇਰਾਂ ਦਾ ਖੇਡਿਆ ਜਾਣਾ ਹੈ ਆਹ ਬੁਣੇ ਪੁੱਛੋ ਨੇ ਕਲੇਰਾਂ ਦੀ ਕੀਮਤ ਦੱਸੀ ਜ਼ਰੂਰ ਦੱਸਾਂਗੇ ਆਪਾਂ 42 ਸਕੋਰ ਜਿਹੜੇ ਬਣੇ ਨੇ ਵੀ 2 ਸਕੋਰ ਲੱਗੇ ਸੀ ਦੋ ਦਿਨ ਤੇ 2 ਵਿਕਟ ਆਈਆਂ ਤੇ ਤਾੜੀਆਂ ਯਾਰ ਜ਼ੋਰ ਨਾਲ ਮਾਰ ਦਿਓ ਮੁੰਡਾ ਵਾਟਾਂ ਤੇ ਕਰਕੇ ਆਇਆ ਹੈ ਔਰ ਬੱਲੇ ਬੱਲੇ ਕਿਹੜੇ ਕਰ ਗਏ ਹੈ 42 ਸਕੋਰ ਬਣ ਗਏ 106 ਸਕੋਰ ਦਾ ਟਾਰਗੇਟ ਹੈ ਕੁੱਲ ਮਿਲਾ ਕੇ 64 ਰਹਿ ਗਈ ਹੁਣ ਔਰ ਚਰਚੇ ਕਹਾਉਣਗੇ ਇਧਰਲੇ ਪਾਸੇ 12 ਬਾਲਾਂ ਦੇ ਵਿੱਚ ਬਾਲ ਬੋਲੀ ਮੁੰਡਾ ਛੋਟੀ ਉਮਰ ਦਾ ਪ੍ਰਿੰਸ ਹੈਗਾ ਕਿਹੜੇ ਉਧਰਲੇ ਪਾਸੇ ਸਾਡੇ ਪਾਣੀ ਵਾਲੇ ਬਾਬਾ ਜੀ ਸਾਡੇ ਬਹੁਤ ਹੀ ਸਤਿਕਾਰ ਹੋਊਗਾ ਹਰਦਾਸੀ ਵਾਲੇ ਬਾਬਾ ਜੀ ਪੁੱਜੇ ਹੈ ਇੱਕ ਭਰਾ ਸਾਡਾ ਗੋਲ ਸੁਖੀ ਦਾ ਆਇਆ ਬਹੁਤ ਬੜਾ ਧੰਨਵਾਦ ਕਰਾਂਗੇ ਉਧਰ ਮੁੰਡਾ ਛੋਟੀ ਉਮਰ ਦਾ ਪ੍ਰਿੰਸ ਕਿਹੜੇ ਨਾਲ ਪਾਈ ਤੇ ਪਹਿਲੀ ਨੰਬਰ ਕਮਾਲ ਕਰ ਦਿੱਤੀ ਹੈ ਇੱਕ ਤਾੜੀ ਮਾਰੋ ਬੜੀ ਨਿੱਕੀ ਉਮਰ ਹੈ ਉਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਮੇਰੇ ਵੀ ਰੋਕਿਆ ਦੇ ਭਰਾਵਾ ਸਾਡਿਆਂ ਦੀ ਤੇ ਬੜੀ ਕਹਿੰਦੇ ਰੋਟੀ ਕਰਦੇ ਆ ਬਹੁਤ ਵੱਡੀ ਗੱਲ ਹੈ ਪਰ ਉਧਰਲੇ ਪਾਸੇ ਕਹਿੰਦੇ ਮੇਰੇ ਵੀਰੋ ਜਿਹੜੀ ਬੁੱਕਲਾਂ ਦੀ ਟੀਮ ਅੱਜ ਦੇ ਦਿਨ ਦਾ ਲਾਸਟ ਟੂਰਨਾਮੈਂਟ ਖੇਡ ਰਹੇ ਹੈ ਕਿਉਂਕਿ 2-3 ਮੁੰਡਿਆਂ ਨੇ ਕੋਮਲ ਨੇ ਮਣੀ ਨੇ ਤੇ ਕਹਿੰਦੇ ਮੇਰੇ ਵੀਰੋ ਕੈਨੇਡਾ ਨੂੰ ਚਲੇ ਜਾਣਾ ਤੇ ਸਾਡੇ ਭਰਾ ਦੂਜੇ ਵੀ ਕਹਿੰਦੇ ਵਧੀਆ ਕਹਿੰਦੇ ਇਧਰੇ ਪਾਸੇ ਜੋਬ ਕਰਦੇ ਨੇ ਪਰਮਾਤਮਾ ਫਿਰ ਕਹਿੰਦੇ ਸੱਚੇ ਪਾਤਸ਼ਾਹ ਅੱਜ ਦੇ ਦਿਨ ਦਾ ਕਹਿੰਦੇ ਇਸ ਧਰਤੀ ਦੇ ਮੇਰੇ ਵੀਰੋ ਬਾਹਰਲੇ ਪਾਸੇ ਪੰਜਾਬ ਦੇ ਖੇਡ ਮੇਲੇ 'ਚ ਵੱਡਾ ਨਾਮ ਆ ਬੁੱਕਰਾਂ ਦੀ ਟੀਮ ਦਾ ਪਰ ਜਿਹੜਾ ਅੱਜ ਨਾ ਲਾਸਟ ਟੂਰਨਾਮੈਂਟ ਆ ਕਿਉਂਕਿ 2 ਮੁੰਡਿਆਂ ਨੇ ਕੈਨੇਡਾ ਚਲੇ ਜਾਣਾ ਤੇ ਉਹਦੇ ਪਾਸੇ ਕਹਿੰਦੇ ਸਾਡੇ ਭਰਾ ਕਹਿੰਦੇ ਬੁੱਕਣ ਵਾਲੀਏ ਜਿਹੜੀ ਵਰਗੇ ਦਾਨ ਸਿੱਧੂ ਭਰਾ ਉਹ ਕਹਿੰਦੇ ਵੀ ਇੱਥੇ ਕਹਿੰਦੇ ਹੈਪੀ ਦਾ ਉੱਥੇ ਰੋਹਿਤ ਚੰਡੀਗੜ੍ਹ ਦਾ ਇਹ ਨਾਲ ਸਮੁੱਚੀ ਬੁੱਕਣਾ ਦੀ ਟੀਮ ਦਾ ਜਦੋਂ ਨਵੰਬਰ ਦੇ ਮਹੀਨੇ ਬੁੱਕਣਾ ਦੇ ਵਿੱਚ ਖੇਡ ਮੇਲਾ ਆਵੇਗਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨੀ ਨਾਲ ਖਿਡਾਰੀਆਂ ਦਾ ਕੀਤਾ ਜਾਵੇਗਾ ਅੱਗੇ ਵਧਣ ਲਈ ਕਹਿੰਦੇ ਬੈਸਟ ਬਲਾਕਾਂ ਭਰਾਵਾਂ ਸਾਡਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਫੇਰ ਕਰੇ ਹਾਂਜੀ ਜਲਦੀ ਅਗਲੇ ਪਾਸੇ ਕਰੀਏ ਆਪਾਂ ਹਰੇ ਵਰੀਆਂ ਟੀਮਾਂ ਨੂੰ ਕਾਲ ਆਓ ਜੀ
ਹੈਟ੍ਰਿਕ ਵਾਲਾ ਬਣਦੇ ਵਿਕਟ ਆਉਂਦੀ ਰੁਪਈਆ 200 ਹੋਵੇਗਾ ਨਵੀਂ ਪ੍ਰੈਸ ਜਿਹੜੇ ਲਈ ਪ੍ਰਬੰਧਕੀ ਕਮੇਟੀ ਵੱਲੋਂ ਮੁੰਡਾ ਛੋਟੀ ਉਮਰ ਦਾ ਹੈ ਔਰ ਸਾਹਮਣੇ ਇਸ ਵੇਲੇ ਕਿਹੜੇ ਬਾਲਾ ਪਾ ਰਿਹਾ ਵੱਡੇ ਮੱਲ ਬੋੜੇ ਦੇ ਔਰ ਸਾਹਮਣੇ ਬੱਲੇ 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 ਔਰ ਬੱਲੇ ਬੱਲੇ ਕਿਹੜੇ ਹੁੰਦੀ ਹੈ ਭਾਈ ਅਗਲੇ ਪਾਸੇ ਕਹਿੰਦੇ ਕਲੇਰਾਂ ਦੀ ਟੀਮ ਤੁਸੀਂ ਇਹ ਦੱਸੋ ਕਲੇਰ ਬੋਲਿੰਗ ਕਰੂਗੀ ਟੀਮ ਜਿਹੜੀ ਕਹਿੰਦੇ ਕਲੇਰਾਂ ਦੀ ਉਹਦੇ ਪਾਸੇ ਕਹਿੰਦੇ ਮਾਸਟਰ ਕਮੇਟੀ ਦੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਾਂਗੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਮਾਸਟਰ ਕਮੇਟੀ ਦੀ ਆਪਾਂ ਤਹਿ ਦਿਲ ਧੰਨਵਾਦ ਕਰਾਂਗੇ ਇਹਨਾਂ ਦਾ ਬਹੁਤ ਵੱਡਾ ਰੋਲ ਆਈ ਦੇ ਮੇਲੇ ਦੇ ਲਈ ਹੈ ਆਉਦੇ ਪਾਸੇ ਕਹਿੰਦੇ ਅਗਲੇ ਵਾਰੀ ਟੀਮਾਂ ਕਿਰਪਾ ਕਰਕੇ ਬੇਨਤੀ ਹੈ ਲੈ ਕਿੰਨੀਆਂ ਬਾਲਾਂ ਹੋ ਗਈਆਂ ਇਸ ਉਮਰ ਦੀਆਂ ਤੇ ਕੈਨ ਚਾਰ ਬਾਲਾਂ ਹੋ ਗਈਆਂ ਦੋ ਕਰਾ ਦੇ ਕੋਈ ਦੇ ਪਾਸੇ ਕਾਫੀ ਰਹਿੰਦੇ ਅਤੇ ਵੀਰਾਂ ਤੋਂ ਮਾਫੀ ਚਾਹਾਂਗੇ ਕਿਉਂਕਿ ਇਸ ਦੇ ਪਾਸੇ ਜਿਹੜੇ ਬੈਟ ਅੱਜ ਬਹੁਤ ਖੇਡੇ ਜਾ ਰਿਹਾ ਹੈ ਇਸੇ ਕਰਕੇ ਬੇਨਤੀ ਹੈ ਕਲੇਅਰ ਦੇ ਕੋਚ ਕਪੂਰਾ ਇਸ ਤੋਂ ਬਾਅਦ ਦਾ ਕਿਹਨੇ ਮੁਕਾਬਲਾ ਖੇਡਿਆ ਜਾਣਾ ਆਹ ਸਾਊਂਡ ਦੇ ਪਾਸੇ ਕਿਹੜੀ ਕਮਾਲ ਜਿਹੜੀ ਹੋ ਗਈ ਮੇਰੇ ਮਿੱਤਰੋ ਨਾਲ ਇਸਦੇ ਪਾਸੇ ਮਨਿੰਦਰ ਤੇ ਜੱਗੂ ਅਗਲੇ ਬਾਰੇ ਅੰਪਾਇਰ ਨੇ ਜੋ ਫੈਸਲਾ ਇਸਦੇ ਪਾਸੇ ਪ੍ਰਬੰਧ ਕਰਨਾ ਤਲਵੰਡੀ ਭਾਈ ਦੀ ਟੀਮ ਇਸ ਮੈਚ ਦੇ ਜਿੱਤ ਗਈ ਧੰਨਵਾਦ ਕਰਾਂਗੇ ਡੋਕਰਾਂ ਦੀ ਟੀਮ ਦਾ ਆਓ ਜੀ ਉਹਦੇ ਪਾਸੇ ਕਹਿੰਦੇ ਮਨਿੰਦਰ ਤੇ ਜੱਗੂ ਸਾਹਿਬ ਹਾਜ਼ਰ ਕਿਰਪਾ ਕਰਕੇ ਬੇਨਤੀ ਹੈ ਆਹ ਮੈਚ ਕੋਟ ਕਪੂਰਾ ਤੇ ਕਹਿੰਦੇ ਕਲੇਅਰ ਦਾ ਖੇਡਿਆ ਜਾਣਾ ਆਲੋ ਸਾਹਮਣੇ ਜਲਦੀ ਨਾਲ ਗਰਾਊਂਡ ਵੀਰੋ ਰਵੀ ਕਲਵੰਤ 13